ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਨਿਊਜ਼ 18 ਦਾ ਕਾਰਵਾਂ ਤਾਕੜ ਵਰਸਸ ਤਾਕੜ 2.0 ਲੈ ਕੇ ਅੱਜ ਪਹੁੰਚਿਆ ਹੈ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ। ਜੀ ਹਾਂ, ਸ਼ੁਰੂਆਤ ਅਸੀਂ ਬਠਿੰਡੇ ਤੋਂ ਕੀਤੀ, ਫਰੀਦਕੋਟ, ਅਨੰਦਪੁਰ ਸਾਹਿਬ ਤੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਹੁੰਦੇ ਹੁੰਦੇ ਹੁਣ ਸਾਡਾ ਕਾਫਲਾ ਇੱਕ ਵਾਰ ਫਿਰ ਤੋਂ ਮਾਲਵੇ ਦੇ ਵਿੱਚ ਪਹੁੰਚ ਚੁੱਕਿਆ ਹੈ। ਇਹ ਫਿਰੋਜ਼ਪੁਰ ਦੀ ਸੀਟ ਬੇਹੱਦ ਅਹਿਮ ਹੈ। ਇਹ ਫਿਰੋਜ਼ਪੁਰ ਦੀ ਸੀਟ ਜਿਸ ਨੂੰ ਅਕਾਲੀਆਂ ਦੇ ਗੜ੍ਹ ਦੇ ਤੌਰ ਦੇ ਉੱਤੇ ਪਿਛਲੇ 3 ਵਾਰ ਤੋਂ ਕਿਹਾ ਗਿਆ, ਪਰ ਕੀ ਵਾਕਈ ਇਸ ਵਾਰ ਉਸ ਤਰੀਕੇ ਦੇ ਨਤੀਜੇ ਹੋਣਗੇ ਜਾਂ ਫਿਰ ਕੁਝ ਵੱਖਰਾ ਹੋਏਗਾ? ਕਾਬਲੇ ਗੌਰ ਇਹ ਵੀ ਹੈ ਕਿ 2022 ਦੇ ਨਤੀਜਿਆਂ ਨੇ ਮਾਲਵੇ ਦੇ ਵਿੱਚ ਬਹੁਤ ਕੁਝ ਵੱਖਰਾ ਦਿਖਾਇਆ ਹੈ। ਉਹਨਾਂ ਦੇ ਵਿੱਚ ਫਿਰੋਜ਼ਪੁਰ ਦੀਆਂ ਵਿਧਾਨ ਸਭਾ ਵਾਲੀਆਂ ਸੀਟਾਂ ਵੀ ਸ਼ਾਮਿਲ ਰਹੀਆਂ ਨੇ। ਅੱਜ ਜ਼ਿਕਰ ਕਰਾਂਗੇ, ਗੱਲਬਾਤ ਕਰਾਂਗੇ ਫਿਰੋਜ਼ਪੁਰ ਦੀ ਜਨਤਾ ਦੇ ਨਾਲ, ਇੱਥੋਂ ਦੇ ਮੁੱਦਿਆਂ ਬਾਰੇ ਜ਼ਿਕਰ ਹੋਏਗਾ ਤੇ ਨਾਲ ਹੀ ਕੁਝ ਮਹਿਮਾਨ ਵੀ ਸਾਡੇ ਨਾਲ ਹੋਣਗੇ, ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ। ਬਿਲਕੁਲ, ਸ਼ਹੀਦਾਂ ਦੀ ਧਰਤੀ ਬਾਰਡਰ ਬੈਲਟ ਫਿਰੋਜ਼ਪੁਰ ਲੋਕ ਸਭਾ ਸੀਟ, ਜਿੱਥੋਂ 3 ਵਾਰ ਪਹਿਲਾਂ ਜੋਰਾ ਸਿੰਘ ਮਾਨ ਨੁਮਾਇੰਦਗੀ ਕਰਦੇ ਰਹੇ ਨੇ, ਉਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਆਏ, ਫਿਰ ਸੁਖਬੀਰ ਬਾਦਲ ਆਏ ਤੇ ਹੁਣ ਫਿਰ ਜਿਹੜਾ ਸ਼ੇਰ ਸਿੰਘ ਘੁਬਾਇਆ ਕਾਂਗਰਸ ਤੋਂ ਚੋਣ ਮੈਦਾਨ ਦੇ ਵਿੱਚ ਨੇ। ਪਰ ਇਸ ਵਾਰ ਇਹ ਹੈ ਕਿ ਪਹਿਲੀ ਵਾਰ 4-3 ਮੁਕਾਬਲਾ ਜਿਹੜਾ ਹੈ ਉਹ ਨਜ਼ਰ ਆ ਰਿਹਾ, 4 ਪਾਰਟੀਆਂ, ਕੋਈ ਗੱਠਜੋੜ ਪੰਜਾਬ ਦੇ ਵਿੱਚ ਨਹੀਂ ਹੋਇਆ। ਇੱਕ ਪੰਜਾਬ ਹੀ ਐਸੀ ਸਟੇਟ ਹੈ ਜਿੱਥੇ ਕਿਸੇ ਪਾਰਟੀ ਨੇ ਆਪਸ ਦੇ ਵਿੱਚ ਗੱਠਜੋੜ ਨਹੀਂ ਕੀਤਾ, ਪਰ ਬਾਕੀ ਦੇਸ਼ ਦੇ ਵਿੱਚ ਬੜੇ ਤਰ੍ਹਾਂ ਦੇ ਗੱਠਜੋੜ ਨੇ, NDA ਦੇ ਨੇ, ਇੰਡੀਆ ਅਲਾਇੰਸ ਹੈ, ਔਰ ਵੱਖੋ ਵੱਖਰੇ ਤਰੀਕੇ ਨਾਲ ਜਿਹੜੀਆਂ ਰੀਜਨਲ ਪਾਰਟੀਆਂ ਵੀ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਉਤਰੀਆਂ ਹੋਈਆਂ ਨੇ। ਸੋ ਫਿਰੋਜ਼ਪੁਰ ਦੀ ਸਿਆਸੀ ਫਿਜ਼ਾ ਕੀ ਕਹਿੰਦੀ ਹੈ, ਫਿਰੋਜ਼ਪੁਰ ਦੇ ਸਿਆਸੀ ਸਮੀਕਰਨ ਕੀ ਕਹਿੰਦੇ ਨੇ? ਬਾਰਡਰ ਬੈਲਟ ਹੈ, ਬਹੁਤ ਸਾਰੇ ਮੁੱਦੇ ਨੇ, ਇੱਕ ਇੱਕ ਕਰਕੇ ਅਸੀਂ ਅੱਜ ਉਹ ਮੁੱਦੇ ਸਾਰੇ ਵਿਚਾਰਾਂਗੇ। ਸੋ ਸ਼ੁਰੂਆਤ ਕਰਦੇ ਹਾਂ ਫਿਰੋਜ਼ਪੁਰ ਦੀ ਧਰਤੀ ਤੋਂ, ਸ਼ਹੀਦਾਂ ਦੀ ਧਰਤੀ ਤੋਂ, ਸਾਡੇ ਖਾਸ ਸ਼ੋਅ ਤਾਕੜ ਵਰਸਿਸ ਤਾਕੜ ਦੀ। ਜੀ ਬਿਲਕੁਲ, ਮੈਂ ਸ਼ੁਰੂਆਤ ਕਰਾਂ। ਸਭ ਤੋਂ ਪਹਿਲਾਂ ਇੱਕ ਵਾਰ ਫਿਰੋਜ਼ਪੁਰ ਦੇ ਲੋਕਾਂ ਦੇ ਲਈ, ਹਲਕੇ ਦੇ ਲੋਕਾਂ ਦੇ ਲਈ ਤਾੜੀਆਂ ਜ਼ਰੂਰ ਮਾਰ ਦਿਓ। ਆਵਾਜ਼ ਦੂਰ ਤੱਕ ਜਾਵੇ, ਕਿਉਂਕਿ ਇੱਥੋਂ ਤੁਹਾਨੂੰ ਸਿਰਫ ਫਿਰੋਜ਼ਪੁਰ ਦੇ ਲੋਕ ਜਾਂ ਦੇਖ ਸੁਣ ਰਹੇ ਨੇ, ਬਲਕਿ ਨਿਊਜ਼ 18 ਪੰਜਾਬ ਨੂੰ ਜਿੱਥੇ ਵੀ ਦੇਖਦੇ ਨੇ, ਉਹ ਚਾਹੇ ਪੰਜਾਬ ਦਾ ਕੋਈ ਕੋਨਾ ਹੋਵੇ ਜਾਂ ਫਿਰ ਦੇਸ਼ ਵਿਦੇਸ਼ ਦੇ ਵਿੱਚ ਵੱਖ ਵੱਖ ਕੰਟਰੀਆਂ ਦੇ ਵਿੱਚ, ਉੱਥੇ ਵੀ ਤੁਹਾਡੀ ਆਵਾਜ਼ ਪਹੁੰਚੇਗੀ। ਇਸ ਕਰਕੇ ਥੋੜੀਆਂ ਤੇਜ਼ ਤਾੜੀਆਂ ਜੋਸ਼ ਦੇ ਨਾਲ, ਜ਼ਰੂਰ ਪਤਾ ਲੱਗੇ ਕਿ ਫਿਰੋਜ਼ਪੁਰ 'ਚ ਪਹੁੰਚਿਆ ਹੋਇਆ ਆਪਾਂ। ਮੈਂ ਸ਼ੁਰੂਆਤ ਕਰਦਾ, ਸਭ ਤੋਂ ਪਹਿਲਾਂ ਤਾਰੂਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਹਰਪ੍ਰੀਤ ਸਿੰਘ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ, ਸਾਡੇ ਨਾਲ ਰੋਹਿਤ ਗਰੋਵਰ ਜੀ ਜੁੜ ਰਹੇ ਨੇ, ਫਿਰੋਜ਼ਪੁਰ ਨਗਰ ਕੌਂਸਲ ਦੇ ਪ੍ਰਧਾਨ ਨੇ, ਔਰ ਕਾਂਗਰਸ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ, ਔਰ ਹਰਪ੍ਰੀਤ ਜੀ ਤੁਹਾਡਾ ਵੀ ਸਵਾਗਤ ਹੈ। ਸਾਡੇ ਨਾਲ ਅਮਨ ਵੜਿੰਗ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪ੍ਰੈਜ਼ੈਂਟ ਕਰਨਗੇ। ਅਮਨ ਜੀ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਸ਼ਮਸ਼ੇਰ ਸਿੰਘ ਕਾਕੜ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਨਗੇ। ਇੰਟਰਸਟਿੰਗ ਸੀਟ, ਮੋਟਾ ਮੋਟਾ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ, ਇੱਥੇ ਆ ਕੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਜਿੰਨੇ ਲੋਕ ਸਾਨੂੰ ਵੱਖ ਵੱਖ ਥਾਵਾਂ ਦੇ ਉੱਤੇ ਮਿਲੇ, ਤਾਂ ਦਿਲਚਸਪ ਫਾਈਟ ਹੈ, ਵੱਖ ਵੱਖ ਪਾਰਟੀਆਂ ਕੋਈ ਗੱਠਜੋੜ ਦੇ ਤਹਿਤ ਨਹੀਂ ਨੇ। ਵਿਜੇ ਬਿਲਕੁਲ, ਤਾਂ ਸ਼ੁਰੂਆਤ ਅਸੀਂ ਕਰਦੇ ਹਾਂ ਅਕਾਲੀ ਦਲ ਤੋਂ, ਕਿਉਂਕਿ ਇੱਥੇ ਇਸ ਵੇਲੇ ਮੌਜੂਦਾ ਸਮੇਂ 'ਚ ਸੁਖਬੀਰ ਬਾਦਲ MP ਨੇ, ਪਰ ਇਸ ਵਾਰ ਉਹ ਚੋਣ ਨਹੀਂ ਲੜ ਰਹੇ। ਵੜਿੰਗ ਸਾਹਿਬ, ਸਭ ਤੋਂ ਪਹਿਲਾ ਸਵਾਲ ਆਉਂਦਾ ਜਦੋਂ ਆਪਾਂ ਵੋਟਾਂ ਦੇ ਵਿੱਚ ਉਤਰਦੇ ਹਾਂ, ਚੋਣਾਂ ਜਾਂਦੇ ਹਾਂ, ਤਾਂ ਜਿਹੜੀ ਪਾਰਟੀ ਮੌਜੂਦਾ ਸਮੇਂ ਦੇ ਵਿੱਚ ਉਸ ਇਲਾਕੇ ਦੀ ਨੁਮਾਇੰਦਗੀ ਕਰ ਰਹੀ ਹੈ, ਤਾਂ ਸਭ ਤੋਂ ਪਹਿਲਾ ਸਵਾਲ ਉਹਦੇ 'ਤੇ ਹੁੰਦਾ ਕਿ ਤੁਹਾਨੂੰ ਲੋਕ ਦੁਬਾਰਾ ਨੁਮਾਇੰਦਗੀ ਕਿਉਂ ਆਉਂਦੇ ਨੇ ਇਸ ਇਲਾਕੇ? ਦੇਖੋ ਜੀ, ਜਿਹੜੀ ਡਿਵੈਲਪਮੈਂਟ ਆ ਪੰਜਾਬ ਦੇ ਅੰਦਰ, ਜਿੰਨੀਆਂ ਵੀ ਡਿਵੈਲਪਮੈਂਟ ਹੋਈਆਂ ਨੇ, ਉਹ ਜਿਹੜੀ ਆ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਈਆਂ ਨੇ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਵੀ 5 ਸਾਲ ਸੱਤਾ ਹੰਡਾਈ ਆ, 2 ਸਾਲ ਆਮ ਆਦਮੀ ਪਾਰਟੀ ਨੇ ਵੀ ਜਿਹੜੀ ਉਹ ਸੱਤਾ ਹੰਡਾਈ ਆ, ਪਰ ਜਿਹੜੇ ਮੀਲ ਪੱਥਰ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਗੱਡੇ ਨੇ, ਅੱਜ ਤੱਕਰ ਕੋਈ ਵੀ ਪਾਰਟੀ ਨਾ ਤਾਂ ਗੱਡ ਸਕੀ ਆ ਤੇ ਨਾ ਕਦੇ ਜ਼ਿੰਦਗੀ 'ਚ ਗੱਡ ਚੱਕੀ। ਮੋਟੇ ਤੌਰ 'ਤੇ ਉਦਾਹਰਣ ਦੇ ਸਕਦੇ? ਮੋਟੇ ਤੌਰ 'ਤੇ ਤੁਸੀਂ ਦੇਖੋ, ਪੰਜਾਬ ਦੇ ਵਿੱਚ ਜਿਹੜੇ ਸਪੋਰਟਸ ਦੇ ਖੇਤਰ ਨੂੰ ਲੈ ਕੇ ਦੇਖ ਲਓ ਤੁਸੀਂ, ਐਗਰੀਕਲਚਰ ਦੇ ਖੇਤਰ ਨੂੰ ਲੈ ਕੇ ਦੇਖ ਲਓ ਤੁਸੀਂ, ਇੱਥੇ ਪਾਣੀਆਂ ਦੇ ਮੁੱਦੇ ਰਹੇ ਨੇ। ਕੋਈ ਵੀ ਪਾਰਟੀ ਜਿਹੜੀ ਆ, ਜੇ ਪਾਣੀਆਂ ਦੇ ਮੁੱਦੇ ਆ ਪੰਜਾਬ ਦੇ ਅੰਦਰ, ਤੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਪਾਣੀਆਂ ਦੇ ਮੁੱਦੇ
ਮੁੱਦਿਆਂ ਦੀ ਲੜਾਈ ਆ ਜਿਹੜੀ ਪੰਜਾਬ ਦੀ ਖਾਤਰ ਲੜਾਈ ਆ ਉਹ ਖੇਤਰੀ ਪਾਰਟੀ ਲੜ ਸਕੀ ਆ, ਜਿਹੜੀ ਨੈਸ਼ਨਲ ਪਾਰਟੀਜ਼ ਹੈਗੀਆਂ ਉਹ ਕਦੇ ਵੀ ਪੰਜਾਬ ਦੇ ਭਲੇ ਦੇ ਲਈ ਸੋਚ ਨਹੀਂ ਸਕਦੀਆਂ, ਨਾ ਹੀ ਪੰਜਾਬ ਦੇ ਜਿਹੜਾ ਮੁੱਦਿਆਂ ਦੇ ਉੱਤੇ ਸਟੈਂਡ ਲੈ ਸਕਦੀਆਂ। ਜੀ ਬਿਲਕੁਲ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਨੁਮਾਇੰਦੇ ਸਾਡੇ ਨਾਲ ਜੁੜੇ ਹੋਏ ਨੇ ਇੱਕ ਇੱਕ ਰਿਐਕਸ਼ਨ ਉਹਨਾਂ ਦਾ ਲਈਏ, ਉਸ ਤੋਂ ਬਾਅਦ ਅਸੀਂ ਜਿਹੜੇ ਇੱਥੇ ਫਿਰੋਜ਼ਪੁਰ ਦੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਦਰਸ਼ਕ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਕਾਂਗਰਸ ਦੇ ਨੁਮਾਇੰਦੇ ਗਰੋਵਰ ਜੀ ਹੈਗੇ ਨੇ। ਸਰ ਮੈਂ ਛੋਟਾ ਛੋਟਾ ਇੱਕ ਵਾਰ ਕਮੈਂਟ ਚਾਹੂੰਗਾ ਸਾਰਿਆਂ ਤੋਂ, ਕਾਂਗਰਸ ਇਸ ਵਾਰ ਕਿਸ ਤਰੀਕੇ ਨਾਲ ਖੁਦ ਨੂੰ ਦੇਖ ਰਹੀ ਹੈ? ਇੱਕ ਨਾਮ ਜੋ ਕਦੇ ਅਕਾਲੀ ਦਲ ਦਾ ਵੱਡਾ ਨਾਮ ਸੀ ਅੱਜ ਤੁਹਾਡੇ ਵਿੱਚ ਹੈ, ਟਿਕਟ ਆ ਉਹਨਾਂ ਦੇ ਕੋਲ, ਮੇਰਾ ਸਵਾਲ ਉਹੀ ਹੈ ਕਿ ਫਿਰੋਜ਼ਪੁਰ ਹਲਕੇ ਦੇ ਲੋਕ ਤੁਹਾਡੇ ਉੱਤੇ ਭਰੋਸਾ ਕਿਉਂ ਜਤਾਉਣ? ਫਿਰੋਜ਼ਪੁਰ ਹਲਕੇ ਦੇ ਲੋਕ ਸਾਡੇ ਉੱਤੇ ਭਰੋਸਾ ਇਸ ਕਰਕੇ ਜਤਾਉਣਗੇ, 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਵਿੱਚ ਸਾਡੀ ਸਰਕਾਰ ਰਹੀ ਹੈ, ਉਸ ਸਰਕਾਰ ਦੇ ਦੌਰਾਨ ਫਿਰੋਜ਼ਪੁਰ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ। ਜਿਹੜਾ ਪਾਰਕ ਜਿੱਥੇ ਆਪਾਂ ਖੜ੍ਹੇ ਹਾਂ ਅੱਜ ਡਿਬੇਟ ਕਰ ਰਹੇ, ਇਹ ਵੀ ਕਾਂਗਰਸ ਸਰਕਾਰ ਦੀ ਦੇਣ ਹੈ। ਕਾਂਗਰਸ ਸਰਕਾਰ ਨੇ ਇਹ ਪਾਰਕ ਬਣਵਾਇਆ ਜਿੱਥੇ ਕਿ ਕਈ ਸਾਲ ਪਹਿਲਾਂ ਇੱਥੋਂ ਲੰਘਿਆ ਨਹੀਂ ਜਾਂਦਾ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਮੇਰੇ ਵੀਰ, ਵੇਖੋ ਮੈਂ ਗੱਲ ਕਰਨੀ ਸਿਰਫ ਫਿਰੋਜ਼ਪੁਰ ਦੇ ਮੁੱਦਿਆਂ ਦੀ, ਫਿਰੋਜ਼ਪੁਰ 'ਚ ਕੀ ਚੱਲਦਾ। ਜਿਹੜੇ ਮੇਰੇ ਵੀਰ ਅਕਾਲੀ ਦਲ ਦੇ, ਉਹਨਾਂ ਨੇ ਕਿਹਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਬਹੁਤ ਡਿਵੈਲਪਮੈਂਟ ਕਰਾਈ ਹੈ। ਪੰਜਾਬ ਦੀ ਗੱਲ ਛੱਡੋ ਜੀ, ਲੋਕਾਂ ਨੇ ਇੱਕ ਬਹੁਤ ਵੱਡਾ ਚਿਹਰਾ ਵੇਖ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾਈਆਂ, 2 ਲੱਖ ਵੋਟਾਂ ਤੋਂ ਉਹਨਾਂ ਨੂੰ ਜਿਤਾ ਕੇ ਘੱਲਿਆ। ਮੈਨੂੰ ਫਿਰੋਜ਼ਪੁਰ ਦੇ ਵਿੱਚ ਕੋਈ ਇੱਕ ਅੱਧਾ ਕੰਮ ਹੀ ਵਿਖਾ ਦੇਣ। ਕੋਰੋਨਾ ਦਾ ਇੱਕ ਕਰੂਸ਼ਲ ਟਾਈਮ ਸੀ ਜਿਹਦੇ ਵਿੱਚ ਸਮਝ ਲਓ ਵੀ ਲੋਕਾਂ ਨੂੰ ਘਰੇ ਮਤਲਬ ਰਾਸ਼ਨ ਨਹੀਂ ਪਹੁੰਚਦਾ ਸੀ। ਅਸੀਂ ਸਾਡੇ MLA ਸਾਹਿਬ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀ ਬਦੌਲਤ ਅਸੀਂ 5-7 ਜਗ੍ਹਾ ਤੇ ਲੰਗਰ ਲਾਉਂਦੇ ਸੀ। ਔਨ ਰਿਕਾਰਡ ਸਾਰੀ ਫਿਰੋਜ਼ਪੁਰ ਦੀ ਜਨਤਾ ਸਾਹਮਣੇ ਬੈਠੀ ਹੈ। ਜੇ ਕਿਤੇ ਮੈਂ ਗਲਤ ਹੋਵਾਂ ਮੈਨੂੰ ਉੱਥੇ ਟੋਕ ਦੇਣਾ। 25,000 ਬੰਦੇ ਨੂੰ ਸਾਡੇ MC ਸਿਵਾਨਾ ਨੇ ਲੰਗਰ ਛਕਾਇਆ। ਇਹਨਾਂ ਨੂੰ ਇਹ ਪੁੱਛ ਲਓ ਵੀ ਜੇ ਕਿਤੇ ਕੁਛ ਕੀਤਾ ਹੋਵੇ, ਜਾਂ ਫਿਰੋਜ਼ਪੁਰ 'ਚ 50 ਸਾਲਾਂ ਦੇ ਸੈਂਟਰ ਦੇ ਵਿੱਚ ਵੀ ਇਹ ਮੰਤਰੀ ਰਹੇ ਨੇ, ਕੋਈ 50 ਸਾਲਾਂ 'ਚ ਦੱਸੋ ਜੇ ਫਿਰੋਜ਼ਪੁਰ ਨੂੰ ਕੁਛ ਨਹੀਂ ਮਿਲਿਆ। ਪਰ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਜਿਨ੍ਹਾਂ ਦਾ ਤੁਸੀਂ ਸਰਕਾਰ ਦੇ ਵਿੱਚ ਇਸ ਸਮੇਂ ਜ਼ਿਕਰ ਕਰ ਰਹੇ ਹੋ, ਦੂਜੀ ਪਾਰਟੀ 'ਚ ਜਾ ਕੇ ਉਮੀਦਵਾਰ ਵੀ ਬਣ ਗਏ? ਕੋਈ ਗੱਲ ਨਹੀਂ, ਦੂਜੀ ਪਾਰਟੀ 'ਚ ਉਮੀਦਵਾਰ ਬਣ ਗਏ ਨੇ, ਉਹਨਾਂ ਨੂੰ ਵੋਟ ਪਾਣੀ ਹੈ, ਅਸੀਂ ਸਾਡਾ ਫਰਜ਼ ਬਣਦਾ ਹੈ, ਅਸੀਂ ਆਪਦੀ ਪਾਰਟੀ ਦੀ ਮਦਦ ਕਰਨੀ ਹੈ। ਪਰ ਜੇ ਉਹ ਜਿੱਤ ਕੇ ਆਉਂਦੇ ਨੇ ਸਾਡੇ MLA ਸਾਹਿਬ ਸਰਦਾਰ ਪਰਮਿੰਦਰ ਸਿੰਘ ਪਿੰਕੀ, ਉਹਨਾਂ ਨਾਲ ਰਲ ਕੇ ਵੱਧ ਤੋਂ ਵੱਧ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਕਰਨਗੇ। ਅੱਜ ਫਿਰੋਜ਼ਪੁਰ ਨਿਵਾਸੀ ਇੱਕ ਇੱਕ ਬੱਚੇ ਨੂੰ ਪਤਾ ਹੈ ਵੀ ਜਿਹੜਾ ਪੰਜਾਬ ਆਪਣਾ ਫਿਰੋਜ਼ਪੁਰ ਦੇ ਵਿੱਚ PGI ਬਣ ਰਿਹਾ, ਉਹ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀ ਦੇਣ ਹੈ। ਜਿੰਨਾ ਮਰਜ਼ੀ ਕੋਈ ਕ੍ਰੈਡਿਟ ਲੈ ਜਾਵੇ, ਠੀਕ ਹੈ, ਚਲੋ ਤੁਸੀਂ ਆਪਣਾ ਜ਼ਿਕਰ ਕਰ ਰਹੇ ਹੋ, ਮੈਂ ਇੱਕ ਵਾਰੀ ਆਮ ਆਦਮੀ ਪਾਰਟੀ ਦਾ ਰੁਖ ਕਰ ਲਵਾਂ। ਗੱਲ ਇਹ ਹੈ ਕਿ 2022 ਦੇ ਵਿੱਚ ਬੜਾ ਚੰਗਾ ਰੁਝਾਨ ਤੇ ਤੁਹਾਡੇ ਵਾਲੇ ਪਾਸੇ ਨੂੰ ਬੜਾ ਝੁਕਾਅ ਵੋਟਰਾਂ ਦਾ ਨਜ਼ਰ ਆਇਆ, ਉਹ ਚੁਣੌਤੀ ਹੈ 2024 ਦੇ ਵਿੱਚ ਰਿਪੀਟ ਕਰਨ ਦੀ? ਸਭ ਤੋਂ ਪਹਿਲਾਂ ਮੈਂ ਨਿਊਜ਼ ਏਜੰਟ ਟੀਮ ਦਾ ਫਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਦੇ ਪਹੁੰਚਣ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਾਫੀ ਡਿਬੇਟਾਂ ਹੋ ਰਹੀਆਂ ਫਿਰੋਜ਼ਪੁਰ ਦੇ ਵਿੱਚ, ਅਸੀਂ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜ ਰਹੇ ਹਾਂ। ਜੋ ਸਾਡਾ 2 ਸਾਲ ਦਾ ਰਿਪੋਰਟ ਕਾਰਡ ਬੋਲਦਾ ਪਿਆ, ਮੁੱਖ ਮੰਤਰੀ ਸਾਹਿਬ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ। ਦੂਜਾ ਮੈਂ ਗੱਲ ਕਹਿਣਾ ਚਾਹੁੰਦਾ, ਅਕਾਲੀ ਦਲ ਦੇ ਵੀਰ ਨੇ ਕਿਹਾ ਸੀ ਵਿਕਾਸ ਕੀਤਾ, 5 ਸਾਲ ਜਿਹੜਾ ਸੁਖਬੀਰ ਜੀ MP ਰਹੇ ਨੇ ਫਿਰੋਜ਼ਪੁਰ ਲਈ, ਮੈਨੂੰ ਇੱਕ ਵੀ ਪਿੰਡ ਦੇ ਵਿੱਚ ਜਾਂ ਇੱਕ ਵੀ ਸ਼ਹਿਰ ਦੇ ਵਿੱਚ ਕਿਤੇ ਅਧਿਕਾਰਨ ਦਿਖਾ ਦੇਣ, ਕਿਸੇ ਪਿੰਡ ਨੂੰ ਕੋਈ ਚੈੱਕ ਦਿੱਤਾ ਵਿਖਾ ਦੇਣ। ਇਹ ਖਾਲੀ ਇੱਕ ਵਿਖਾਵਾ ਜ਼ਰੂਰ ਰਿਹਾ, ਕਿਉਂਕਿ ਵੱਡੇ ਚਿਹਰੇ ਸੀ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਨੂੰ ਲੋਕਾਂ ਨੇ ਵੋਟ ਪਾਈ ਇਸ ਆਸ 'ਤੇ ਪਾਈ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਨੇ, ਕੁਛ ਫਿਰੋਜ਼ਪੁਰ ਦਾ ਵਿਕਾਸ ਹੋਵੇਗਾ, ਨਾ ਹੀ ਕਿਸੇ ਬਾਰਡਰ ਬਾਰੇ ਸੋਚਿਆ, ਕਿਉਂਕਿ ਸਾਡੀ ਜਿਹੜੀ ਹੈ ਫਿਰੋਜ਼ਪੁਰ ਬਾਰਡਰ ਬੈਲਟ ਨਾਲ ਪੱਟੀ ਲੱਗਦੀ ਆ, ਕਿਸੇ ਵੀ ਬਾਰਡਰ ਏਰੀਏ ਦੀਆਂ ਜ਼ਮੀਨਾਂ ਕੱਚੀਆਂ ਨੇ। ਅੱਜ ਤੱਕ ਵੀ ਕਿਸੇ ਵੀ 70 ਸਾਲਾਂ ਤੋਂ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਰਹੀਆਂ, ਇਹਨਾਂ ਨੇ ਕਿਸੇ ਦੀ ਜ਼ਮੀਨ ਪੱਕੀ ਨਹੀਂ ਕਰਾਈ। ਨਹੀਂ, ਮੁਕਾਬਲਾ ਇੱਧਰ ਵਾਲਿਆਂ ਨਾਲ ਕਿ ਉੱਧਰ ਵਾਲਿਆਂ ਨਾਲ? ਮੁਕਾਬਲਾ ਤਾਂ ਹੈ ਹੀ ਨਹੀਂ ਕਿਸੇ ਨਾਲ,
ਕਿਉਂਕਿ ਅਸੀਂ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਹਾਂ। 2 ਸਾਲ ਦਾ ਰਿਪੋਰਟ ਕਾਰਡ ਲੋਕਾਂ ਦੇ ਵਿੱਚ ਜਾ ਰਹੇ ਹਾਂ। ਸਾਡਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ, ਜੇਕਰ ਮੈਂ ਵਿਕਾਸ ਕੀਤਾ ਤੇ ਮੈਨੂੰ ਵੋਟ ਪਾਇਓ, ਜੇਕਰ ਵਿਕਾਸ ਨਹੀਂ ਕੀਤਾ ਤੇ ਸਾਨੂੰ ਵੋਟ ਨਾ ਪਾਇਓ। ਇਹਨਾਂ ਦੀ ਹਿੰਮਤ ਹੈ ਕਿਸੇ ਮੁੱਖ ਮੰਤਰੀ ਨੂੰ ਕਹਿ ਕੇ ਵਿਖਾਉਣ। ਚਲੋ ਠੀਕ ਆ ਭਾਈ, ਇੱਕ ਵਾਰੀ ਬੀਜੇਪੀ ਦਾ ਰਿਐਕਸ਼ਨ ਜ਼ਰੂਰ ਲੈ, ਰਿਐਕਸ਼ਨ ਲੈ ਲੈਂਦੇ ਹਾਂ, ਕਿਉਂਕਿ ਬੀਜੇਪੀ ਪਿਛਲੀ ਸੱਤਾ ਦੇ ਵਿੱਚ ਭਾਈਵਾਲ ਰਹੀ ਹੈ। ਇਸ ਵਾਰੀ ਇਹ ਪਹਿਲਾ ਲੋਕ ਸਭਾ ਇਲੈਕਸ਼ਨ ਹੈ ਜਦੋਂ ਪੰਜਾਬ 'ਚ ਬੀਜੇਪੀ ਵੱਖਰੇ ਤੌਰ ਤੇ ਲੜ ਰਹੀ ਹੈ। ਸੋ ਤੁਹਾਡਾ ਸਟੈਂਡ ਕੀ ਹੈ, ਕਿਸ ਗੱਲ ਤੇ ਤੁਸੀਂ ਲੋਕ ਸਭਾ ਚੋਣ ਦੇ ਵਿੱਚ ਡਟੇ ਹੋਏ ਹੋ, ਔਰ ਕੀ ਜੇ ਪਿਛਲੇ ਸਮੇਂ ਦੇ ਵਿੱਚ ਇਲਜ਼ਾਮ ਅਕਾਲੀ ਦਲ ਤੇ ਲੱਗ ਰਹੇ ਨੇ, ਬੀਜੇਪੀ ਆਪਣੇ ਆਪ ਨੂੰ ਉਸਦਾ ਹਿੱਸੇਦਾਰ ਮੰਨਦੀ ਹੈ? ਬੀਜੇਪੀ ਦਾ ਹਿੱਸੇਦਾਰ ਕੀ ਮੰਨਣਾ, ਅਕਾਲੀ ਦਲ ਦੇ ਨਾਲ ਲੱਗਦਾ ਜੋ ਇਲਜ਼ਾਮ ਲੱਗ ਰਹੇ ਨੇ, ਅੱਜ ਜਿਹੜਾ ਗੱਠਜੋੜ ਨਹੀਂ ਹੋਇਆ ਇਹ ਇਲਜ਼ਾਮ ਲੱਗਣ ਕਰਕੇ ਹੀ ਨਹੀਂ ਹੋਇਆ। ਕੰਮ ਕਰਦੀ ਸੀ ਬੀਜੇਪੀ, ਕਰੈਕਟ ਲਈਦਾ ਸੀ ਅਕਾਲੀ ਦਲ। ਜਿਵੇਂ ਮੇਰੇ ਵੀਰ ਨੇ ਅੱਜ ਕਿਹਾ ਬੀਜੇਪੀ ਆਈ ਮੈਂ ਚਲਾਈਏ, ਬੀਜੇਪੀ ਕਿੰਨੇ ਚਲਾਇਆ, ਮੋਦੀ ਜੀ ਨੇ ਆਨਲਾਈਨ ਉਦਘਾਟਨ ਕੀਤਾ, ਇੱਕ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹੋ ਜਿਹਾ, ਜਿਹਨਾਂ ਨੇ ਮੈਂ ਵੀਰ ਮੇਰੇ ਕਿਸਾਨ ਵੀ ਬੈਠੇ ਹੋਏ ਨੇ, ਇਹ ਮੈਨੂੰ ਦੱਸਣ ਸੰਨ 47 ਤੋਂ ਲੈ ਕੇ 10 ਤੋਂ 20 ਰੁਪਈਏ ਭਾਅ ਵਾਧਾ ਰਿਹਾ, ਮੇਰੀ ਗੱਲ 20 ਰੁਪਏ ਭਾਅ ਵਾਧਾ ਸੀ, ਅੱਜ ਸਾਡਾ ਪ੍ਰਧਾਨ ਮੰਤਰੀ ਹੈ 150 ਰੁਪਇਆ ਕੁਇੰਟਲ ਦਾ ਭਾਅ ਹਰ ਵਾਰੀ ਵਧਿਆ। ਕੀ ਕਿਸਾਨਾਂ ਦੇ ਗੋਲੀਆਂ ਚਲਾਈਆਂ ਨੇ, ਇਹ ਮਗਰੋਂ ਉਂਗਲਾਂ ਲਾ ਕੇ ਚਲਾਈਆਂ ਨੇ, ਇਹ ਵੀ ਇੱਥੇ ਜਿਹੜੇ ਨੇ ਗੱਡੇ ਨੇ ਔਰ ਨਾਲ ਗੱਡੇ ਨੇ ਜਿਹੜੀ ਗੱਲ ਕਰਦੇ ਨੇ ਕਿਸਾਨਾਂ ਦੇ ਹਿਤੈਸ਼ੀ ਹੋਣ ਦੀ, 750 ਕਿਸਾਨ ਸਾਡਾ ਮਰਿਆ ਬਾਰਡਰ ਦੇ ਉੱਤੇ, ਔਰ ਦੂਸਰੇ ਮੇਰੇ ਵੀਰ ਜਿਹੜੇ ਆਮ ਆਦਮੀ ਪਾਰਟੀ ਤੋਂ ਆ, ਹੁਣ ਵੀ ਕਿਸਾਨ ਬਾਰਡਰ ਦੇ ਉੱਤੇ ਬੈਠੇ ਨੇ। ਸਾਡਾ ਇੱਕ ਨੌਜਵਾਨ ਸ਼ੁਭਕਰਨ ਜਿਹਦੇ ਗੋਲੀ ਮਾਰੀ ਗਈ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ, ਬੀਜੇਪੀ ਦੀ ਸਰਕਾਰ ਹਰਿਆਣੇ ਦੇ ਵਿੱਚ ਸੀ, ਉਹਨਾਂ ਦੀ ਪੁਲਿਸ ਪੰਜਾਬ ਦੇ ਵਿੱਚ ਆਈ, ਸਾਡੇ ਨੌਜਵਾਨਾਂ ਦੇ ਜਿਹੜੀਆਂ ਆਈਆਂ ਗੋਲੀਆਂ ਚਲਾਈਆਂ ਗਈਆਂ, ਅਥਰੂ ਗੈਸ ਦੇ ਗੋਲੇ ਸਿੱਟੇ ਗਏ, ਸਾਡੇ ਟਰੈਕਟਰ ਭੰਨੇ ਗਏ, ਉੱਥੇ ਮਰਡਰ ਹੋਇਆ ਤੇ ਇਹਨਾਂ ਨੇ FIR ਦਰਜ ਕੀਤੀ ਅਣਪਛਾਤੀ ਪੁਲਿਸ ਤੇ। ਉਹ ਤੁਹਾਡੇ ਹਰਿਆਣੇ 'ਚ ਆ ਕੇ ਤੇ ਸਰਕਾਰ ਕਿਉਂ ਚੁੱਪ ਬੈਠੀ ਰਹੀ? ਪੰਜਾਬ ਦੇ ਵਿੱਚ ਆ ਕੇ ਜਿਹੜੇ ਗੁੰਡਿਆਂ ਨੇ, ਗੁੰਡਿਆਂ ਬੀਜੇਪੀ ਦੇ ਨਾਲ ਗੁੰਡਿਆਂ ਨੇ ਰਲ ਕੇ ਗੁੰਡਾਗਰਦੀ ਕੀਤੀ ਤੇ ਅੱਜ ਇਹ ਪੰਜਾਬ ਵਿੱਚ ਧੇਸ਼ੀ ਦਾ। ਦੇ ਵਿੱਚ ਅਕਾਲੀ ਦਲ ਖੜਾ ਸੀਗਾ ਜਦੋਂ ਸਾਡੇ ਕਿਸਾਨਾਂ ਨੇ ਉੱਥੇ ਧਰਨਾ ਦਿੱਤਾ ਸੀ, ਕਿ ਅਕਾਲੀ ਦਲ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀਗਾ ਵੀ ਮੈਂ ਕਿਸਾਨਾਂ ਦੇ ਜਿਹੜੇ ਕਾਨੂੰਨ ਮੋਦੀ ਨੇ ਬਣਾਇਆ ਬਿਲਕੁਲ ਸਹੀ ਬਣਾਇਆ, ਹਰਸਿਮਰਤ ਕੌਰ ਬਾਦਲ ਨੇ ਵੀ ਠੀਕ ਹੈ। ਥੋੜੇ ਥੋੜੇ ਵੇਟ ਕਰਿਓ, ਅਸੀਂ ਤੁਹਾਡੇ ਕੋਲ ਆਵਾਂਗੇ, ਬਿਨਾਂ ਮਾਈਕ ਤੋਂ ਤੁਹਾਡੀ ਆਵਾਜ਼ ਨਹੀਂ ਜਾ ਪਾਏਗੀ। ਮੈਂ ਇੱਥੇ ਖੜਾ ਗੌਰਵ, ਚਲੋ ਮੈਂ ਸਵਾਲ ਲੈਣਾ, ਥੋੜਾ ਹੱਥ ਖੜਾ ਕਰ ਲਿਆ ਜਿਸਨੇ ਆਪਣਾ ਕੋਈ ਸਵਾਲ ਪੁੱਛਣਾ ਹੋਵੇ। ਜੀ ਬਾਬਾ ਜੀ, ਮੇਰਾ ਨਾਮ ਛੋਟਾ ਛੋਟਾ ਰੱਖਿਓ, ਅਨੇਕ ਸਿੰਘ ਹੈ। ਮੈਂ ਆਪਦੇ ਵੀਰ ਝਾੜੂ ਵਾਲੇ ਨੂੰ, ਆਮ ਆਦਮੀ ਪਾਰਟੀ ਵਾਲੇ ਨੂੰ ਸਵਾਲ ਪੁੱਛਣਾ ਚਾਹੁੰਦਾ ਹੈ। ਇਹਨਾਂ ਨੇ 1000 ਰੁਪਇਆ ਔਰਤ ਵਾਸਤੇ ਐਲਾਨ ਕੀਤਾ ਸੀ ਤੇ ਅੱਜ 26 ਮਹੀਨੇ ਹੋ ਗਏ, 26,000 ਇੱਕ ਔਰਤ ਦਾ, ਤੇ 7.5 ਲੱਖ ਔਰਤਾਂ ਹੈ ਵੋਟਰ ਔਰਤਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ, ਉਹਨਾਂ ਵਾਸਤੇ ਇਹਨਾਂ ਨੇ ਕੀ ਕੀਤਾ? ਨੰਬਰ 2 ਤੇ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਸੀ। ਆਹ ਸਾਡੇ ਨਾਲ ਲੱਗਦਾ ਪਿੰਡ ਕੁੰਡੇ, ਕੱਲ ਮੁੰਡਾ ਉਹ ਘਰ ਦਾ ਚਿਰਾਗ ਬੁੱਝ ਗਿਆ ਉਸਰਾ ਨਸ਼ੇ ਨਾਲ, ਇਹਨਾਂ ਨੇ ਨਸ਼ੇ ਵਾਸਤੇ ਕੀ ਕੀਤਾ? ਤੀਜੀ ਗੱਲ, ਇਹਨਾਂ ਨੇ ਜਿਹੜੀ ਔਰਤਾਂ ਵਾਸਤੇ ਇੱਕ ਵੀ ਔਰਤ ਨੂੰ ਟਿਕਟ ਨਹੀਂ ਦਿੱਤੀ। ਠੀਕ ਹੈ, ਚਲੋ ਆਪਾਂ ਜਵਾਬ ਲੈਣੇ, ਇੱਕ ਥੋੜੇ ਵੇਟ ਕਰੋ, ਮੈਂ ਹੋਰ ਸਵਾਲ ਲੈ ਲਵਾਂ, ਹੋਰ ਕੋਈ ਹੱਥ ਖੜਾ ਕਰ ਰਹੇ, ਥੋੜੇ ਅੱਗੇ ਆਜੋ, ਥੋੜੇ ਅੱਗੇ ਆਜੋ, ਦੱਸੋ ਕੀ? ਇਹ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ, ਇੱਕ ਵੀ ਜ਼ਿਮੀਂਦਾਰ ਕਹਿਵੇ ਜਿਹਨੇ ਰਾਤ ਨੂੰ ਪਾਣੀ ਲਾਇਆ ਮੋਟਰ ਦਾ, ਤੇ ਚਾਹੇ ਮੈਂ ਪਾਰਟੀ ਬਲ ਤੋਂ ਉੱਪਰ ਗਲਿਆ ਜਿਹਨੇ ਰਾਤ ਨੂੰ ਕੋਰੇ ਦੀ ਕਣਕ ਭਰੀ ਹੈ, ਇੱਕ ਵੀ ਜ਼ਿਮੀਂਦਾਰ ਕਹਿੰਦੇ ਬਿਨਾਂ ਰਾਤ ਲਾੜ ਚੱਲ ਰਹੀ ਹੈ। ਮਨਸਾ ਮਾਨ ਸਰਕਾਰ ਦਾ ਹੁਣ ਲਾੜ ਕਿੱਥੋਂ ਆ ਗਈ? ਉਹ ਪਹਿਲਾਂ ਕਹਿੰਦੇ ਕੋਲਾ ਮੁੱਕ ਗਿਆ, ਆਹ ਕੋਲਾ ਮੁੱਕ ਗਿਆ, ਹੁਣ ਕੋਲਾ ਭਗਵਾਨ ਮੰਤ ਹੁਣ ਕਿੱਥੋਂ ਲੈ ਕੇ ਆ ਗਿਆ? ਬੀਜੇਪੀ ਕਹਿੰਦੀ ਅਸੀਂ ਲੈ ਕੇ ਆਂਦਾ, ਕਾਂਗਰਸ ਕਹਿੰਦੀ ਅਸੀਂ ਲੈ ਕੇ ਆਂਦਾ। 2012 ਦੀ ਸਰਕਾਰ ਚ ਇਸ਼ੂ ਹੋਇਆ,
ਮੁਰਗੀ ਸਾਰੀਆਂ ਰੂੜੀਆਂ ਦੇ ਫਿਰ ਕੇ ਆਂਡਾ ਖੁੱਡੇ ਜੀ ਦਿੰਦੀ ਏ। ਇਹ ਸਾਰੇ ਲੀਡਰ ਫਿਰੋਜ਼ਪੁਰ ਦੇ ਪੀਜੀਆਈ ਵਗਰ ਕਿਉਂ ਨੀ ਜ਼ੋਰ ਲਾਉਂਦੇ ਪਏ? ਸਾਡੇ ਰੋਜ਼ ਨਿਤ ਐਕਸੀਡੈਂਟ ਹੁੰਦੇ ਆ, ਡੇਲੀ ਡੈਥਾਂ ਹੁੰਦੀਆਂ ਨੇ। ਲਾਜਗੁਣ ਨਾਲ ਹੀ ਇੱਕ ਹਸਪੀਟਲ ਹੈ ਬਾਗੀ, ਉਹਨੇ ਬੁੱਚੜਖਾਨਾ ਬਣਾਇਆ ਹੋਇਆ। ਨਹੀਂ ਪੀਜੀਆਈ ਚ ਇਲਾਜ ਨਹੀਂ ਹੁੰਦਾ, ਪੀਜੀਆਈ ਦਾ ਮੈਂ ਕਹਿੰਦਾ ਜੀ ਸਟਾਰਟ ਹੀ ਨਹੀਂ ਹੋਇਆ ਚਾਰ ਦੀਵਾਰੀ। ਨਹੀਂ ਤੁਹਾਨੂੰ ਲੱਗਦਾ ਕਿ ਜਿਹੜਾ ਕ੍ਰੈਡਿਟ ਲਿਆ ਜਾ ਰਿਹਾ ਕਿ ਅਜੇ ਬਣਿਆ ਹੀ ਨਹੀਂ ਬਸ ਕ੍ਰੈਡਿਟ? ਜੀ ਮੈਂ ਵੀ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਪਰ ਮੈਂ ਸਾਰਿਆਂ ਨੂੰ ਵਿੱਚੇ ਅੱਜ ਗਿਣਨਾ। ਚਲੋ ਜਵਾਬ ਲੈ ਲਈਏ, ਜਵਾਬ ਲੈ ਲਈਏ, ਬਹੁਤ ਜ਼ਰੂਰੀ ਹੈ ਪੀਜੀਆਈ ਦੇ ਮੁੱਦੇ ਦੇ ਉੱਪਰ। ਇੱਕ ਮਿੰਟ ਮੈਂ ਵੀਰ ਨੂੰ ਪੁੱਛਣਾ ਚਾਹੁੰਦਾ, ਤੈਨੂੰ ਪੁੱਛੋ ਪੀਜੀਆਈ ਚ ਗਿਆ? ਪੀਜੀਆਈ ਦੇ ਵਿੱਚ ਦੂਜਾ ਲੈਂਡਰ ਪੈਣ ਰਿਹਾ, ਚਾਰ ਦੀਵਾਰੀਆਂ ਹੋਈਆਂ ਨੇ। ਬਿਲਕੁਲ ਜਿੰਨੀ ਤਰੀਕ ਨੂੰ ਪ੍ਰਧਾਨ ਮੰਤਰੀ ਨੇ ਆਨਲਾਈਨ ਮੋਦੀ ਨੇ ਕੀਤਾ ਉਦਘਾਟਨ, ਅੱਜ ਸਾਰਾ ਦੂਜੀ ਛੱਤ ਤੇ ਮੇਰਾ ਪੈ ਗਿਆ। ਕਦੀ ਪੀਜੀਆਈ ਵੀ ਚੁਲੰਗ ਗਿਆ? ਜਾਣ ਪੁੱਛੋ ਪੀਜੀਆਈ ਦੇ ਵਿੱਚ ਕਦੀ ਗਿਆ ਕੋਈ? ਸਾਡੇ ਬਜ਼ੁਰਗ ਬਾਪੂ ਨੇ ਸਵਾਲ ਕੀਤਾ ਸੀ। ਮੈਂ ਇੱਕ ਮਿੰਟ ਪਹਿਲਾਂ ਇੱਕ ਸੈਕਿੰਡ ਇੱਕ ਸੈਕਿੰਡ ਜਵਾਬ ਲੈ ਲਓ, ਨਾਲ ਦੀ ਨਾਲ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਥੋੜਾ ਜਿਹਾ ਜਿੱਤ ਸਿਆਸਤ ਕੀਤੀ ਆ ਜੀ, ਜਵਾਬ ਜਵਾਬ ਕੋਈ ਚੰਗਾ ਹਸਪੀਟਲ ਨਹੀਂ ਸੀਗਾ। 70 ਸਾਲ ਤੋਂ ਰਵਾਇਤੀ ਪਾਰਟੀਆਂ ਰਹੀਆਂ ਨੇ, ਇਹਨਾਂ ਨੇ ਪੰਜਾਬ ਨੂੰ ਦਿੱਤਾ ਕੀ ਆ? ਜੇ ਅੱਜ ਮੁੱਖ ਮੰਤਰੀ ਸਾਡੇ ਪੰਜਾਬ ਦੇ ਆਏ ਆ, ਜੇ ਕਿਸਾਨਾਂ ਨੂੰ ਲੈਟ ਮਿਲ ਲੱਗੀ ਆ, ਤੁਸੀਂ ਐਫਰਟ ਕੀਤੇ ਆ ਪੀਜੀਆਈ ਨੂੰ ਸਿਰੇ ਚ? ਬਿਲਕੁਲ ਜੀ, ਜੇ ਮੈਂ ਤੁਹਾਨੂੰ ਸਾਰੇ ਕੁਝ ਦੱਸ ਰਿਹਾ, ਜੇ ਅੱਜ ਕਿਸਾਨਾਂ ਨੂੰ ਪਾਣੀ ਮਿਲਣ ਲੱਗਾ ਮੁੱਖ ਮੰਤਰੀ ਦੀ ਦੇਣ, ਸਾਨੂੰ ਅੱਜ ਤੱਕ ਕੱਸੀਆਂ ਦਾ ਪਾਣੀ ਨਹੀਂ ਦਿੱਤਾ ਦੋਵਾਂ ਸਰਕਾਰਾਂ। ਚਲੋ ਮੈਂ ਪੀਜੀਆਈ ਤੇ, ਤੁਸੀਂ ਪੀਜੀਆਈ ਨੂੰ ਲੈ ਕੇ ਬੜਾ ਕ੍ਰੈਡਿਟ ਲੈ ਰਹੇ ਸੀ, ਇੱਕ ਸੈਕਿੰਡ ਆਪਾਂ ਸੁਣਦੇ ਹਾਂ, ਤੁਹਾਡੇ ਕੋਲ ਆ ਰਹੇ ਹਾਂ, ਤੁਸੀਂ ਥੋੜਾ ਵੇਟ ਕਰਿਓ। ਪੀਜੀਆਈ ਕਹਿੰਦੇ ਤਾਂ ਚਿੱਟਾ ਹੱਥੀ ਬਣ ਰਿਹਾ, ਅੱਗੇ ਕੰਮ ਹੀ ਨਹੀਂ ਤੁਰਿਆ। ਕੰਮ ਚੱਲ ਗਿਆ, ਸਾਰਿਆਂ ਨੂੰ ਪਤਾ ਹੈ, ਫਿਰੋਜ਼ਪੁਰ ਦੀ ਜਨਤਾ ਸੱਚੇ ਦਿਲੋਂ ਦੱਸੇ ਵੀ ਪੀਜੀਆਈ ਕਿੰਨੇ ਲੈ ਕੇ ਆਉਂਦਾ ਹੈ ਸਭ ਨੂੰ ਪਤਾ। ਨਹੀਂ ਉਹ ਕਦੋਂ ਲੈ ਕੇ ਆਉਂਦਾ? 2012 ਵਿੱਚ ਯੂਪੀ ਸਰਕਾਰ ਚੌਵੀ ਆ ਗਿਆ, ਅੱਜ ਤੱਕ ਐਕਟਿਵ ਨਹੀਂ ਕ੍ਰੈਡਿਟ। ਉਸ ਤੋਂ ਬਾਅਦ ਸਰਕਾਰ ਆ ਗਈ ਅਕਾਲੀ ਦਲ ਬੀਜੇਪੀ। ਹਾਂਜੀ, ਪੀਜੀਆਈ ਦਾ ਕੰਮ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਥੋੜੇ ਦੱਸ ਦੋ, ਪੀਜੀਆਈ ਦਾ ਕੰਮ ਚੱਲ ਰਿਹਾ ਕਿ ਨਹੀਂ ਚੱਲ ਰਿਹਾ? ਪੀਜੀਆਈ ਦਾ ਕੰਮ ਚੱਲ ਰਿਹਾ ਕਿ ਨਹੀਂ? ਠੀਕ ਹੈ, ਗੱਲ ਇਹ ਹੈ ਕਿ ਪੀਜੀਆਈ ਦਾ ਕੰਮ ਚੱਲ ਰਿਹਾ ਹੈ, ਉਹਦੇ ਇਲਾਜ ਨਹੀਂ ਚੱਲੇਗਾ, ਇਹ ਗੱਲ ਹੋਈ ਨਾ। ਠੀਕ ਹੈ, ਚਲੋ ਥੋੜਾ ਸਵਾਲ ਰੱਖਿਓ, ਥੋੜੇ ਪਿੱਛੇ ਹੋ, ਥੋੜੇ ਦੇਖੋ, ਮੇਰੀ ਰਿਕੁਐਸਟ ਹੈ ਇੱਕ ਹੀ ਕਰਕੇ ਗੱਲ ਰੱਖਿਓ, ਇੱਕ ਹੀ ਕਰਕੇ ਗੱਲ ਰੱਖਿਓ, ਗੱਲ ਹੋ ਜਾਏਗੀ, ਇੱਕ ਹੀ ਕਰਕੇ। ਹਾਂਜੀ ਸਰ, ਸਵਾਲ ਇਹ ਹੈ, ਜਿਹੜੀ ਪਾਰਟੀ ਕਾਂਗਰਸ ਅੱਜ ਕਹਿ ਰਹੀ ਹੈ ਆਮ ਆਦਮੀ ਪਾਰਟੀ ਕਰ ਰਹੀ ਹੈ, ਪਹਿਲਾਂ ਗੱਲ ਤਾਂ ਆਮ ਆਦਮੀ ਪਾਰਟੀ ਸੀ ਜਿਹੜੀ ਕਹਿੰਦੀ ਹੈ ਅਸੀਂ ਪੀਜੀਆਈ ਦੇ ਵਿੱਚ ਯੋਗਦਾਨ ਦਿੱਤਾ, ਇੱਕ ਵੀ ਅਰਜੀ ਭਗਵੰਤ ਮਾਨ ਵੱਲੋਂ ਲਈ ਦਿਖਾ ਦਿਓ ਜਿਹੜੀ ਸੈਂਟਰ ਸਰਕਾਰ ਨੂੰ ਲਿਖੀ ਹੈ ਵੀ ਪੀਜੀਆਈ ਦੀ ਡਿਵੈਲਪਮੈਂਟ ਕੀਤੀ ਜਾਵੇ ਫਿਰੋਜ਼ਪੁਰ ਦੇ ਵਿੱਚ। ਜਿਹੜੀ ਕਾਂਗਰਸ ਕਹਿ ਰਹੀ ਹੈ ਅਸੀਂ ਲੈ ਕੇ ਆਏ, ਜਦੋਂ ਮੋਦੀ ਜੀ ਇੱਥੇ ਉਦਘਾਟਨ ਕਰਨ ਆਏ ਸੀ, ਇਹਨਾਂ ਪਾਰਟੀਆਂ ਦੀ ਸਾਜਿਸ਼ ਦੇ ਨਾਲ ਮੋਦੀ ਜੀ ਨੂੰ ਰੋਕਿਆ ਗਿਆ। ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਕੱਚੀਆਂ ਸੀ ਬਾਰਡਰ ਦੇ ਨਾਲ, ਉਹਨਾਂ ਲੋਕਾਂ ਦੀਆਂ ਜ਼ਮੀਨਾਂ ਪੱਕੀਆਂ ਕਰ। ਨੁਕਸਾਨ ਹੋਇਆ ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਰੋਕਿਆ ਨੁਕਸਾਨ? ਛੋਟਾ ਜ਼ਮੀਨਾਂ ਪੱਕੀਆਂ ਅਕਾਲੀ ਦਲ ਨੇ ਕੀਤੀਆਂ, ਕੈਂਸਲ ਇਹਨਾਂ ਨੇ ਕੀਤੀਆਂ ਨੇ ਜੀ। ਔਰ ਪੀਜੀਆਈ ਦੀ ਜਿਹੜੀ ਜਗ੍ਹਾ 26 ਕਿੱਲੇ ਉਹ ਸ਼੍ਰੋਮਣੀ ਅਕਾਲੀ ਦਲ ਨੇ 2015 ਦੇ ਵਿੱਚ ਰਜਿਸਟਰੀ ਸਰਕਾਰ ਦੇ ਨਾਮ ਤੇ ਕੀਤੀ ਹੈ, ਇਹ ਗੱਲ ਕਰਦੇ ਆ। ਔਰ ਜੇ ਅੱਜ ਦੇਰੀ ਹੋਈ ਹੈ ਉਹਦੀ ਵੀ ਬੀਜੇਪੀ ਜਿਹੜੀ ਹੈ ਕਸੂਰਵਾਰ ਹੈ, ਜਾਂ ਦੇਰੀ ਆਉਂਦੀ। ਜਵਾਬ ਲੈ ਲਈ ਆਪਾਂ, ਜਵਾਬ ਲੈ ਲਈ। ਪਹਿਲਾਂ ਕਹਿੰਦੇ ਸੀ ਕਿ ਸ਼ਹਿਰ ਦੇ ਵਿੱਚ ਬਣਾਉਣਾ, ਪਹਿਲਾਂ ਫਿਰ ਕਹਿੰਦੇ ਸੀ ਮੈਂ ਪੀਜੀਆਈ ਵਾਲੇ ਤੇ ਮੈਂ ਅਗਲੇ ਟੌਪਿਕ ਦੇ ਉੱਤੇ ਆਉਣਾ। ਥੋੜਾ ਜਿਹਾ ਥਰਮਾ ਰੱਖੀਏ ਆਪਾਂ ਸਾਰੇ, ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ। ਕਹਿੰਦੇ ਪੀਜੀਆਈ ਜੇ ਨਹੀਂ ਅੱਗੇ ਵਧਿਆ ਜਾਂ ਕੰਮ ਅਜੇ ਤੱਕ ਚਾਲੂ ਨਹੀਂ ਹੋਇਆ, ਜਾਂ ਫਿਰ ਕਹੀਏ ਕਿ ਇਲਾਜ ਨਹੀਂ ਚਾਲੂ ਹੋਇਆ, ਤਾਂ ਬੀਜੇਪੀ ਜ਼ਿੰਮੇਵਾਰ। ਕੌਣ ਕਹਿ ਰਿਹਾ ਚਾਲੂ ਨਹੀਂ ਹੋਇਆ? ਬੀਜੇਪੀ ਜਦੋਂ ਇਹਨਾਂ ਰੋਕਿਆ ਪ੍ਰਧਾਨ ਮੰਤਰੀ ਨੂੰ, ਅੱਜ ਤੱਕ ਤਾਂ ਪੀਜੀਆਈ ਬਣ ਕੇ ਤਿਆਰ ਹੋ ਜਾਣਾ ਸੀ। ਤੁਸੀਂ ਇਹ ਕਹਿ ਰਹੇ ਹੋ ਕਿ ਜੇ 2022 'ਚ ਪ੍ਰਧਾਨ ਮੰਤਰੀ ਇੱਥੇ ਆਉਂਦੇ ਤਾਂ ਪੀਜੀਆਈ ਦਾ ਕੰਮ ਹੋਰ ਤੇਜ਼ੀ ਨਾਲ? ਬਿਲਕੁਲ ਪੱਕਾ ਜਾਣਾ। ਕੌਣ ਜ਼ਿੰਮੇਵਾਰ ਹੈ ਪ੍ਰਧਾਨ ਮੰਤਰੀ? ਪਾਰਟੀਆਂ ਦੂਜੀਆਂ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ।
ਕੌਣ ਕੌਣ ਜ਼ਿੰਮੇਵਾਰ? ਇਹ ਜ਼ਿੰਮੇਵਾਰ ਤੋਂ ਤਿਹਾਰੀਆਂ ਪਾਰਟੀਆਂ ਤੇ ਰਲੀਆਂ ਇਸੇ ਨੇ ਰਲ ਕੇ ਰੋਕਿਆ ਵਾਦੀ ਨੂੰ। ਤਾਂ ਕਹਿੰਦੇ ਬੀਜੇਪੀ ਪੰਜਾਬ ਦੇ ਵਿੱਚ ਵੋਟ ਕਿਸ ਆਧਾਰ ਤੇ ਮੰਗ ਰਹੀ ਆ? ਸਾਡੇ ਦੇਸ਼ ਨੂੰ ਜਿਹੜਾ ਅੰਨਦਾਤਾ ਕਿਸਾਨ ਢਿੱਡ ਭਰਦਾ, ਸ਼ਰੇਆਮ ਗੋਲੀਆਂ ਚੱਲੀਆਂ, ਹਰਿਆਣੇ ਦੇ ਬਾਰਡਰ ਸੀਲ ਕਰ ਦਿੱਤੇ ਗਏ, ਸਾਡੇ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਗਿਆ, ਇਹ ਅੱਜ ਵੋਟ ਮੰਗਣ? ਕਹਿੰਦੇ ਜੇ ਪ੍ਰਧਾਨ ਮੰਤਰੀ ਇੱਥੇ ਆਉਂਦੇ ਤਾਂ ਪੀਜੀਆਈ ਵਾਲਾ ਕੰਮ ਤੇ ਹੋਰ ਕਈ ਕੰਮ ਹੋ ਜਾਣੇ, ਤੁਸੀਂ ਰੋਕਿਆ? ਗਿਆ ਡਰਾਮਾ ਸੀ ਜੀ, ਇਕੱਠ ਨਹੀਂ ਹੋਇਆ ਸੀ। ਕਹਿੰਦੇ ਤੁਸੀਂ ਰੋਕਿਆ ਪ੍ਰਧਾਨ ਮੰਤਰੀ ਨੂੰ? ਕਿਸਾਨਾਂ ਨੇ ਰੋਕਿਆ, ਇਹਨਾਂ ਦੀਆਂ ਕੁਰਸੀਆਂ ਖਾਲੀਆਂ ਸੀ, ਤੁਹਾਡੀ ਸਰਕਾਰ ਸੀ ਉਸ ਸਮੇਂ, ਕੁਰਸੀਆਂ ਇਹਨਾਂ ਦੀਆਂ ਖਾਲੀਆਂ ਸੀ। ਤੁਸੀਂ ਇਹ ਵੇਖੋ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਹੋਵੇ ਤੇ ਬਠਿੰਡੇ ਉਤਰ ਰਿਹਾ, ਪਹਿਲੀ ਵਾਰੀ ਕੋਈ ਪ੍ਰਧਾਨ ਮੰਤਰੀ ਹੈ ਜਿਹੜਾ ਇੰਨਾ ਵੱਡਾ ਸਫ਼ਰ ਕਰ ਰਿਹਾ ਬਾਏ ਕਾਰ, ਉਹ ਸਿਰਫ ਇੱਕ ਡਰਾਮਾ ਸੀ। ਸਵਾਏ ਡਰਾਮੇ ਤੋਂ ਅੱਜ ਵੀ ਨਰਿੰਦਰ ਮੋਦੀ ਨੂੰ ਕੁਛ ਨਹੀਂ ਆਉਂਦਾ। ਜਿਹੜਾ ਪ੍ਰਧਾਨ ਮੰਤਰੀ ਰੋਜ਼ ਨਵਾਂ ਸੂਟ ਪਾਉਂਦਾ ਹੋਵੇ ਉਹ ਦੇਸ਼ ਦਾ ਭਲਾ ਕੀ ਕਰੇ? ਅਸੀਂ 100 ਸਾਲ ਤੋਂ ਇਸ ਪੰਜਾਬ ਦੇ ਵਿੱਚ ਆ, ਸਾਡਾ ਯੂਥ ਆ, ਕਿ ਅੱਜ ਹਸਪੀਟਲ ਬਣ ਰਿਹਾ ਫਿਰ 70 ਸਾਲਾਂ ਤੋਂ ਅਸੀਂ ਨਰਕ 'ਚ ਹੀ ਬੈਠੇ। ਠੀਕ ਹੈ, ਚਲੋ ਆਪਾਂ ਹੋਰ ਸਵਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਹੋਰ ਸਵਾਲ ਲੈਂਦੇ ਆਪਾਂ। ਮੇਰਾ ਸਵਾਲ ਹੈ ਜੀ, ਚਾਰਾਂ ਪਾਰਟੀਆਂ ਦੇ ਬੰਦੇ ਡਾਇਸ਼ ਤੇ ਖਲੋਤੇ ਨੇ। ਸੁਣ ਸੁਣ, ਇੱਕ ਸੈਕਿੰਡ ਵਿਜੇ, ਪਲੀਜ਼ ਮੈਂ ਤੁਹਾਨੂੰ ਇੱਕ ਸੈਕਿੰਡ ਰੁਕਿਓ, ਇੱਕ ਸੈਕਿੰਡ ਰੁਕਿਓ। ਦੇਖੋ ਮੇਰਾ ਬੀਜੇਪੀ ਨੂੰ ਸਵਾਲ ਹੈ, ਇਹ ਕਹਿੰਦੇ ਅਸੀਂ 25 ਕਰੋੜ ਬੰਦਾ ਬੇਰੁਜ਼ਗਾਰ ਸਾਰੇ ਵੀ ਰੇਖਾ ਤੋਂ ਕੱਢਿਆ ਹੈ ਤੇ 7 ਕਰੋੜ ਰਹਿ ਗਿਆ, ਪਰ 86 ਕਰੋੜ ਨੂੰ 5 ਰੁਪਈਆ ਰਾਸ਼ਨ ਕਿਉਂ ਦੇ ਰਹੇ? ਸਾਰੇ ਤੁਹਾਡੇ ਤੁਹਾਡੇ ਤੋਂ ਲੈ ਲਏ। ਮੇਰਾ ਸਵਾਲ ਹੈ ਸਾਰੇ ਤੁਹਾਡੇ ਭਾਜਪਾ ਵਾਲਿਆਂ ਨੂੰ ਨਹੀਂ, ਆਪਣੇ ਕਿਉਂਕਿ ਇਹਨਾਂ ਨੂੰ ਅਕਾਲੀਆਂ ਨੂੰ ਤੇ ਕਾਂਗਰਸੀ ਨੂੰ, ਅੱਜ ਤੱਕ ਇੰਨੀਆਂ ਸਰਕਾਰਾਂ ਬਣੀਆਂ ਸਾਡੇ ਦੇਸ਼ ਪੰਜਾਬ ਦੇ ਵਿੱਚ ਕੋਈ ਨਹਿਰ ਪੱਕੀ ਨਹੀਂ ਕੀਤੀ। ਭਗਵੰਤ ਮਾਨ ਸਰਕਾਰ ਦੀ ਲਾਈ ਆ, 2 ਸਾਲ ਹੋ ਗਏ ਆ, ਸਾਡੀਆਂ ਫਿਰੋਜ਼ਪੁਰ ਵਿੱਚ ਨਹਿਰਾਂ ਪੱਕੀਆਂ ਹੋ ਰਹੀਆਂ। ਬੈਠ ਜਾਓ ਜੀ। ਮੇਰਾ ਸਵਾਲ ਇਹ ਆ, ਇਹਨਾਂ ਨੇ ਕਿਹਾ ਵੀ ਅਣ ਪਛਾਤੇ ਗੋਲੀ ਜਿਹੜੀ ਮਾਰੀ ਸ਼ੁਭ ਕਰਨ ਦੀ, ਮੈਂ ਕਹਿੰਦਾ ਜਦੋਂ ਬਰਗਾਨੀ। ਠੀਕ ਹੈ, ਚਲੋ ਹੋਰ ਇੱਕ ਸੈਕਿੰਡ ਆਪਾਂ ਹੋਰ ਪਿੱਛੇ ਸਵਾਲ ਲੈਂਦੇ ਹਾਂ, ਥੋੜ੍ਹੇ ਹੋਰ ਪਿੱਛੇ ਆਰਾਮ ਨਾਲ ਗੱਲ ਕਰਿਓ ਤਾਂ ਕਿ ਅਸੀਂ ਗੱਲ ਕਰ ਸਕੀਏ, ਆਰਾਮ ਨਾਲ ਥੋੜ੍ਹਾ ਜਿਹਾ ਸਵਾਲ ਪੁੱਛੋ ਆਪਣੇ। ਹਾਂਜੀ ਬੋਲੋ, ਛੋਟਾ ਰੱਖਿਓ ਜੀ। ਮੈਂ ਕਹਿੰਦਾ ਪਿਆ ਭਗਵੰਤ ਮਾਨ ਨੇ ਜਿਹੜੀ 30 ਕਿਲੋ ਗਰੀਬਾਂ ਨੂੰ ਕਣਕ ਦੇ ਰਿਹਾ ਉਹ ਕਿੱਥੇ ਗਈ ਹੈ? ਕਿਸੇ ਨੂੰ ਕੋਈ ਕਣਕ ਨਹੀਂ। ਠੀਕ ਹੈ ਬੋਲ, ਠੀਕ ਹੈ ਹੋਰ ਸਵਾਲ ਲੈਣ। ਮੇਰਾ ਦੇਖੋ ਫਿਰੋਜ਼ਪੁਰ ਨੂੰ ਲੈ ਕੇ ਇੱਕ ਹੀ ਕੁਐਸਚਨ ਆ ਮੌਜੂਦਾ ਸਰਕਾਰ ਤੋਂ ਕਿ ਫਿਰੋਜ਼ਪੁਰ ਤੋਂ ਜੋ ਅੱਜ ਦੀ ਡੇਟ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਆ ਉਹਦੇ ਲਈ ਕੌਣ ਜ਼ਿੰਮੇਵਾਰ ਆ? ਠੀਕ ਹੈ, ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਹੈ, ਮੈਂ ਜਵਾਬ ਲੈਣਾ, ਮੈਂ ਜਵਾਬ ਬਾਪੂ ਜੀ ਵਜਾ ਦਿਓ ਜੀ। ਵਾਹਿਗੁਰੂ ਜੀ ਕੀ ਫਤਿਹ। ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਹੋ ਗਈ। ਹਾਂਜੀ ਬਾਪੂ ਜੀ ਬੋਲੋ। ਉਹ ਇਕੱਲੇ ਫਿਰੋਜ਼ਪੁਰ ਜਿੰਨੇ ਚਾਰੇ ਬੰਦੇ ਖੜੀਆਂ ਨੇ, ਚਾਰੇ ਪਾਰਟੀਆਂ ਖੜੀਆਂ ਨੇ, ਫਿਰੋਜ਼ਪੁਰ ਦਾ ਸੱਤਿਆਨਾਸ਼ ਹੋਇਆ ਪਿਆ, ਪੁਲ ਫਿਰ ਟੁੱਟਾ ਪਿਆ, ਇੱਕ ਮਿੰਟ, ਸਾਰਾ ਪੁਲ ਫਿਰ ਟੁੱਟਿਆ, ਕਿਸੇ ਨੂੰ ਪਤਾ ਨਹੀਂ ਸਾਡਾ ਯੂਥ ਖੜਾ ਇੱਥੇ, ਇੱਥੇ ਜਿੰਨਾ ਪੰਜਾਬ ਹੈ ਉਹ ਲੈ ਕੇ ਜਾਣਾ ਹੈ। ਜਵਾਬ ਲੈਣੇ ਇਹ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਹੈ, ਕਿਉਂਕਿ ਪੰਜਾਬ ਦਾ ਯੂਥ ਇਹਨਾਂ ਸਰਕਾਰਾਂ ਤੋਂ ਉੱਤੇ ਨਾਰਾਜ਼ ਚੱਲ ਰਿਹਾ ਸੀਗਾ, ਡਿਗਰੀਆਂ ਲੈ ਕੇ ਵਿਦੇਸ਼ਾਂ ਵਿੱਚ ਜਾ ਰਹੇ ਸੀ, ਇਹਨਾਂ ਦਾ ਭਵਿੱਖ ਖਰਾਬ ਕਰ ਰਹੀਆਂ ਸੀ ਇਹ ਸਰਕਾਰਾਂ। ਮੁੱਖ ਮੰਤਰੀ ਨੇ ਕਿਸੇ ਸਿਫਾਰਿਸ਼ ਕਿਸੇ ਤੋਂ 1 ਰੁਪਈਆ ਲਏ ਤੋਂ ਬਿਨਾਂ ਅੱਜ ਜੇ ਪੰਜਾਬ ਦੇ ਵਿੱਚ ਨੌਕਰੀਆਂ ਮਿਲੀਆਂ ਉਹ ਮੁੱਖ ਮੰਤਰੀ ਨੇ ਦਿੱਤੀਆਂ। ਠੀਕ ਹੈ ਤੁਸੀਂ ਬੋਲੋ। ਜਿਹੜਾ ਕਹਿ ਰਹੇ ਕਿ ਨਾਰਾ ਬੱਕੀਆਂ ਹੋਈਆਂ ਨੇ, ਸਾਰਾ ਸੈਂਟਰ ਗੌਰਮੈਂਟ ਕੋਲ ਪੈਸਾ ਆਇਆ, ਜਿਹੜਾ ਕਹਿ ਰਹੇ ਨੇ ਕਿ ਨਾਰਾ ਬੱਕੀਆਂ ਹੋਈਆਂ ਨੇ ਔਰ ਸੈਂਟਰ ਗੌਰਮੈਂਟ ਦਾ ਪੈਸਾ ਆਇਆ, ਅੱਜ ਅਸੀਂ ਵੇਖੋ ਕੋਈ ਪਿੰਡ ਹੱਥ ਕੱਢ ਕੇ ਕਰੇ ਕਿ ਜਿੱਥੇ ਪੂਰੇ ਸੰਦ ਸਾਡੇ ਪ੍ਰਧਾਨ ਮੰਤਰੀ ਨੇ ਜਿੰਨੀ ਸਾਹਿਬ ਸਿੱਟੀ ਹੈ ਪ੍ਰਧਾਨ ਮੰਤਰੀ ਦੀ। ਮੇਰੀ ਰਿਕੁਐਸਟ ਹੈ ਬੜਿੰਗ ਸਾਹਿਬ ਆਪਣੇ ਸਾਥੀਆਂ ਨੂੰ ਥੋੜ੍ਹਾ ਜਿਹਾ ਕਹਿੰਦੇ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਹੱਥ ਜੋੜ ਕੇ ਬੇਨਤੀ ਹੈ ਸਾਡੀ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਆਪਣੀ ਗੱਲ ਵਧੀਆ ਹੋ ਜਾਊਗੀ, ਤੁਹਾਡੀ ਗੱਲ ਆਪਾਂ ਵਧੀਆ ਸੁਣ ਲਾਂਗੇ, ਰੱਖ ਲਾਂਗੇ ਸਾਈਡ ਤੇ। ਰਿਕੁਐਸਟ ਹੈ ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਜਗ੍ਹਾ ਦੇ ਦਿਓ ਆਪਣੀ ਗੱਲ ਹੋ ਸਕੇ ਜੀ, ਥੋੜ੍ਹਾ ਜਿਹਾ ਪਿੱਛੇ ਹੋ ਜਾਓ ਪਲੀਜ਼, ਗੱਲ ਹੋ ਸਕੇ। ਹਾਂਜੀ ਤੁਸੀਂ ਬੋਲੋ, ਮੈਂ ਤੁਹਾਡੇ ਕੋਲ ਵੀ ਆ ਜਾਊਂ।
ਜਿਹੜੀ ਗੱਲ ਬਿਜਲੀ ਦੀ ਕਰਦੇ ਨੇ, ਇਹਨਾਂ ਨੇ ਦੱਸੋ ਵੀ ਕਿਹੜਾ ਥਰਮਲ ਪਲਾਂਟ ਇੱਕ ਨਹੀਂ ਬਣਾਇਆ? ਤੁਸੀਂ ਆਮ ਆਦਮੀ ਪਾਰਟੀ ਨੂੰ ਅਸੀਂ ਦੋ ਨਹੀਂ ਪੁੱਛ, ਕਾਂਗਰਸ ਨੂੰ ਪੁੱਛ ਰਹੇ, ਬੇ ਇਹਨੇ ਨਾ ਬਿਜਲੀ ਆਈ ਦੋ ਨਹੀਂ ਪੁੱਛ ਰਹੇ। ਠੀਕ ਹੈ, ਤੁਸੀਂ ਤੁਸੀਂ ਮੈਂ ਪੁੱਛਣਾ ਚਾਹੁੰਦੀ ਹਾਂ, ਜਿਹੜਾ ਇਹਨਾਂ ਨੇ 1000 ਰੁਪਏ ਦੇ ਨਾਂ ਤੇ ਠੱਗਿਆ ਉਹ ਕਦੋਂ ਮਿਲਣਾ ਬੀਬੀਆਂ ਨੂੰ? ਚਲੋ 1000 ਰੁਪਏ ਵਾਲਾ ਸਵਾਲ ਹੈ, 1000 ਰੁਪਏ ਵਾਲਾ ਸਵਾਲ ਹੈ। ਥੋੜ੍ਹਾ ਜਿਹਾ ਸਾਡੀ ਰਿਕੁਐਸਟ ਹੈ ਤਾਂ ਕਿ ਆਪਾਂ ਫਿਰੋਜ਼ਪੁਰ ਦੀ ਗੱਲਬਾਤ ਹੋ ਸਕੇ, ਪਲੀਜ਼ ਥੋੜ੍ਹਾ ਜਿਹਾ ਪਿੱਛੇ ਹੋ ਜਾਓ ਤਾਂ ਵਧੀਆ ਗੱਲ ਹੋ ਜਾਏਗੀ, ਤੁਹਾਡੇ ਤੱਕ ਲੋਕਾਂ ਤੱਕ ਗੱਲ ਪਹੁੰਚੇਗੀ। ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਅਸੀਂ ਕੁਰਸੀਆਂ ਤਾਂ ਹੀ ਲਗਾਈਆਂ ਸੀ ਕਿ ਆਰਾਮ ਨਾਲ ਬੈਠ ਕੇ ਗੱਲਬਾਤ ਹੋ ਸਕੇ ਨਾ, ਥੋੜ੍ਹਾ ਜਿਹਾ ਆਪਣੀ ਗੱਲਬਾਤ ਹੋ ਸਕੇ ਜੀ। ਚਲੋ ਮੇਰੀ ਗੱਲ ਸੁਣੋ ਹਰਪ੍ਰੀਤ ਜੀ, ਵਾਰ ਵਾਰ ਨਾ 1000 ਰੁਪਏ ਦੀ ਗੱਲ ਹੁੰਦੀ ਹੈ, ਦੱਸ ਦਿਓ ਕਦੋਂ ਦੇ ਰਹੇ? ਬਿਲਕੁਲ ਭਾਜੀ, ਮੈਂ ਆਪਣਾ ਸਾਡੀ ਜਿਹੜੀ ਸਰਕਾਰ ਆ ਜਦੋਂ ਚੋਣ ਮੈਨੀਫੈਸਟੋ ਬਣਦਾ ਇਹਨੂੰ ਕਾਨੂੰਨੀ ਤੌਰ ਤੇ ਲੈ ਕੇ ਆਉਣਾ ਚਾਹੀਦਾ, ਕਿਉਂਕਿ ਇਹ ਰਵਾਇਤੀ ਪਾਰਟੀਆਂ ਸੀ, ਸਾਡੇ ਨਾਲ ਧੋਖਾ ਕੀਤਾ ਚੋਣ ਮੈਨੀਫੈਸਟੋ 'ਚ, ਜੋ ਸਾਡੇ ਨਾਲ ਵਾਅਦੇ ਕਰਦੇ ਸੀ ਅੱਜ ਤੱਕ ਪੰਜਾਬ ਨੂੰ ਮਿਲੇ ਨਹੀਂ। ਸਾਡਾ ਮੁੱਖ ਮੰਤਰੀ ਆ ਜਿਹੜਾ ਦੇਣ ਜਾ ਰਿਹਾ, ਅਗਲੇ ਮਹੀਨੇ ਅਸੀਂ 1000 ਰੁਪਇਆ ਦੇਣ ਜਾ ਰਹੇ ਹਾਂ। ਤੁਸੀਂ ਵੱਡਾ ਦਾਅਵਾ ਕਰ ਰਹੇ ਹੋ? ਬਿਲਕੁਲ ਜੀ, ਸਾਡੇ ਸੁਪਰੀਮੋ ਅਮਰਿੰਦਰ ਕੇਜਰੀਵਾਲ ਨੇ ਐਲਾਨ ਕਰ ਦਿੱਤਾ ਅਸੀਂ ਅਗਲੇ ਮਹੀਨੇ ਤੋਂ ਜਿਹੜਾ ਦੇਣ ਜਾ ਰਹੇ ਹਾਂ। ਅਸੀਂ ਪੰਜਾਬ ਦੇ ਯੂਥ ਨੂੰ 40,000 ਨੌਕਰੀ ਦਿੱਤੀ ਆ, ਜੇ ਅੱਜ ਮਹੱਲਾ ਕਲੀਨਿਕ ਖੁੱਲੇ ਆ ਉਹ ਪੰਜਾਬ ਦੇ ਵਿੱਚ ਖੁੱਲੇ ਗਏ ਆ। ਚਲੋ ਮੈਂ ਕਾਂਗਰਸ ਵਿਜੇ, ਇੱਕ ਗੱਲ ਇੰਡਸਟਰੀ ਨੂੰ ਲੈ ਕੇ ਹੋ ਰਹੀ ਸੀ, 5 ਸਾਲ ਸਰਕਾਰ ਰਹੀ ਹੈ ਇੰਡਸਟਰੀ, ਮੈਂ ਆ ਰਹੀ ਤੁਹਾਡੇ ਕੋਲ ਇੰਡਸਟਰੀ ਨੂੰ ਲੈ ਕੇ ਤੁਸੀਂ ਫਿਰੋਜ਼ਪੁਰ ਦੀ, ਕਿਉਂਕਿ ਆਪਾਂ ਦੇਸ਼ ਦੇ ਮੁੱਦੇ ਤੇ ਜਿੰਨੇ ਮਰਜ਼ੀ ਡਿਸਕਸ ਕਰੀ ਜਾਈਏ, ਅਲਟੀਮੇਟਲੀ ਫਿਰੋਜ਼ਪੁਰ ਦੇ ਲੋਕਾਂ ਨੇ ਵੋਟ ਪਾਉਣੀ ਹੈ, ਫਿਰੋਜ਼ਪੁਰ ਦੇ ਇਸ਼ੂ ਪ੍ਰਮੁੱਖ ਹੈ ਚਾਹੇ ਜਿੰਨੇ ਵੀ ਲੀਡਰ ਇੱਥੇ ਖੜੇ ਹੋਣ। ਸੋ ਕੀ ਤੁਸੀਂ ਸਮਝਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਫਿਰੋਜ਼ਪੁਰ ਇੰਡਸਟਰੀਅਲ ਹੱਬ ਦੇ ਰੂਪ 'ਚ ਡਿਵੈਲਪ ਹੋ ਪਾਇਆ? ਕਿਸੇ ਨੇ ਕੋਸ਼ਿਸ਼ ਕੀਤੀ? ਕੋਸ਼ਿਸ਼ ਇਹ ਹੈ ਵੀ ਕੋਸ਼ਿਸ਼ ਬਹੁਤ ਕੀਤੀ ਹੈ, ਬਾਹਰੋਂ ਰੁਝਾਨ ਕਰਕੇ ਬੜੀ ਪ੍ਰੋਬਲਮ ਆਉਂਦੀ ਹੈ। ਇੱਥੇ SBS ਕਾਲਜ ਸੀ ਪਹਿਲਾਂ, SBS ਕਾਲਜ ਸਾਡੇ MLA ਸਾਹਿਬ ਨੇ ਯੂਨੀਵਰਸਿਟੀ ਦੇ ਵਿੱਚ ਮੈਂ ਕਰਨਾ ਵੀ ਸਾਡਾ ਮੁੱਖ ਮੰਤਰੀ ਦੇਖੋ ਪੰਜਾਬ ਮਾਈਕ ਤੋਂ ਤੁਹਾਡੀ ਆਵਾਜ਼ ਨਹੀਂ ਜਾ ਰਹੀ, ਸਿਆਸੀ ਤੌਰ ਦੀ ਚੁਣੌਤੀ ਬਚਦੀ ਹੈ, ਸਿਆਸੀ ਜੇ ਪੰਜਾਬ ਦੀ ਜਵਾਨੀ ਬਚਦੀ ਹੈ ਤੇ ਪੰਜਾਬ ਬਚਦਾ ਕਰ ਰਹੇ ਤੁਹਾਡੇ ਸਾਰਿਆਂ ਨੂੰ ਮਿਲ ਕੇ, ਸਾਰੀਆਂ ਪਾਰਟੀਆਂ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ। ਦੇਖੋ ਅਸੀਂ ਸਟੂਡੀਓ 'ਚ ਬਹਿ ਕੇ ਚਰਚਾ ਕਰ ਸਕਦੇ ਸੀ ਨਾ, ਸਟੂਡੀਓ 'ਚ ਬਹਿ ਕੇ ਕੋਈ ਔਖਾ ਕੰਮ ਨਹੀਂ ਹੈ, ਤਾਂ ਹੀ ਆਏ ਕਿ ਤੁਹਾਡੇ ਵਿਚਾਲੇ ਤੁਹਾਡੀ ਗੱਲ ਹੋ ਸਕੇ। ਥੋੜ੍ਹਾ ਜਿਹਾ ਪਿੱਛੇ ਹੋ ਜਾਓ ਪਲੀਜ਼, ਰਿਕੁਐਸਟ ਹੈ ਥੋੜ੍ਹਾ ਜਿਹਾ ਪਿੱਛੇ, ਤੁਸੀਂ ਪਿੱਛੇ ਪਿੱਛੇ ਹੋ ਜੀ ਸਾਰੇ, ਥੋੜ੍ਹਾ ਪਿੱਛੇ ਹੋ ਜਾਓ ਪਲੀਜ਼, ਮੇਰੀ ਜਗ੍ਹਾ ਜਗ੍ਹਾ ਖਾਲੀ ਕਰੋ, ਥੋੜ੍ਹਾ ਜਿਹਾ ਪਿੱਛੇ ਹੋ, ਪਿੱਛੇ ਪਿੱਛੇ ਹੋ ਪਿੱਛੇ ਹੋ ਜਾਓ, ਜਿਹੜੇ ਕੁਰਸੀਆਂ ਤੇ ਬੈਠੇ ਆ ਉਹਨਾਂ ਤੱਕ ਵੀ ਗੱਲ ਪਹੁੰਚ ਸਕੇ, ਮੈਂ ਉਹਨਾਂ ਤੋਂ ਵੀ ਸਵਾਲ ਲੈ ਸਕਾਂ, ਥੋੜ੍ਹਾ ਜਿਹਾ ਪਿੱਛੇ, ਪਹਿਲਾਂ ਜਗ੍ਹਾ ਸਪੇਸ ਖਾਲੀ ਕਰੋ ਜੀ, ਅਸੀਂ ਲੋਕ ਵੀ ਪਛੜੇ ਆ, ਤੁਸੀਂ ਆਪ ਡਿਬੇਟ ਵੀ ਹੈਗਾ ਸੂਲ ਆ, ਕੋਈ ਰੌਲਾ ਪਾਈ ਜਾਂਦਾ, ਕੋਈ ਇਧਰੋਂ ਪਾਈ ਜਾਂਦਾ, ਤੁਸੀਂ ਗੱਲ ਵਾਰੀ ਨਾ ਕਰੋ, ਸਵਾਲ ਕਰੋ, ਆਪਾਂ ਬਾਰਡਰ ਵਾਲੇ ਪਛੜੇ ਹੀ ਰਹਿਣਾ, ਆਪਾਂ ਬਿਲ ਵੱਲ ਨੀ ਸੁਧਰ ਸਕਦੇ। ਨਹੀਂ ਮੈਂ ਪਹਿਲਾਂ ਮੈਂ ਸਾਰਿਆਂ ਨੂੰ ਪਹਿਲਾਂ ਰਿਕੁਐਸਟ ਕੀਤੀ ਸੀ ਕਿ ਅਸੀਂ ਸਾਰੇ ਇੱਕ ਪਾਰਕ ਦੇ ਵਿੱਚ ਹੁੰਦੀ, ਸਾਰੇ ਪਾਸੇ ਬੈਠ ਕੇ ਹੁੰਦੀ, ਸਾਡੇ ਇੰਜ ਜਿਵੇਂ ਕਹਿੰਦੇ ਬੱਕਰੀਆਂ ਛੱਡੀਆਂ ਹੁੰਦੀਆਂ, ਬੰਦਾ ਨੀ ਬੋਲਦਾ ਬੇਟਾ, ਆਹ ਕੋਈ ਖਾਲਾ ਇੱਧਰ ਬੋਲੋ ਜੀ। ਹਾਂਜੀ, ਮੈਂ ਦੀਪ ਦਸ਼ਰਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਇਲੈਕਸ਼ਨ ਲੜ ਰਹੇ ਹਾਂ, ਦੇਖ ਰਹੇ ਹਾਂ ਬਹੁਤ ਕੁਛ 2 ਸਾਲਾਂ ਤੋਂ ਹੋ ਰਿਹਾ, ਜਿੰਨੇ ਵੀ MP ਆਏ, ਲੇਕਿਨ ਮਜ਼ਦੂਰ ਦੀ ਗੱਲ ਕਿੱਥੇ ਹੈ? ਇੱਕ ਵਾਰੀ ਮੈਨੂੰ ਕੋਈ ਹੱਥ ਖੜਾ ਕਰਕੇ ਦੱਸ ਦੇ, ਮਜ਼ਦੂਰ ਦੀ ਗੱਲ ਕਿੱਥੇ ਹੈ? ਨਹੀਂ ਹੋ ਰਹੀ ਮਜ਼ਦੂਰ ਦੀ, ਖੇਤ ਮਜ਼ਦੂਰ ਕਿੱਥੇ, ਉਹ ਭੈਣ ਮਜ਼ਦੂਰ ਕਿੱਥੇ ਹੈ, ਤੇ ਸੰਵਿਧਾਨ ਨੂੰ ਸਾੜਨ ਵਾਲੀਆਂ ਪਾਰਟੀਆਂ ਕਿੱਥੇ ਨੇ,
ਭਾਰਤ ਦੇ ਸੰਵਿਧਾਨ ਨੂੰ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਨ ਵਾਲੀਆਂ ਪਾਰਟੀਆਂ ਕਿੱਥੇ ਨੇ? ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਹੈ, ਭਾਵੇਂ ਬੀਜੇਪੀ, ਭਾਵੇਂ ਭਾਜਪਾ ਹੈ, ਹਰ ਕਿਸੇ ਨੇ ਅੱਜ ਬਾਬਾ ਸਾਹਿਬ ਦੇ ਨਾਮ ਨੂੰ ਲੈ ਕੇ ਵਰਤਿਆ ਜਾ ਰਿਹਾ ਹੈ। ਲੇਕਿਨ ਕਦੇ ਅਕਾਲੀ ਬਾਬਾ ਸਾਹਿਬ ਦਾ ਸੰਵਿਧਾਨ ਸਾੜਦੇ ਨਜ਼ਰ ਆਉਂਦੇ ਆ, ਕਦੇ ਆਮ ਆਦਮੀ ਪਾਰਟੀ ਬਾਬਾ ਸਾਹਿਬ ਦੀ ਫੋਟੋ ਦਿਖਾ ਕੇ ਸਰਕਾਰਾਂ ਬਣਾ ਰਹੀ ਹੈ। ਲੇਕਿਨ ਬਾਬਾ ਸਾਹਿਬ ਦੇ ਵੰਸ਼ਾਂ 'ਚ ਐਸੀ ਕਮਿਸ਼ਨ ਖਤਮ ਕਰ ਦਿੱਤਾ ਗਿਆ ਦੋਸਤੋ, ਐਸੀ ਬੱਚਿਆਂ ਦੀ ਸਕਾਲਰਸ਼ਿਪ ਖਤਮ ਕਰ ਦਿੱਤੀ ਗਈ। ਖੇਤ ਮਜ਼ਦੂਰ ਕਿੱਥੇ ਹੈ? ਖੇਤ ਮਜ਼ਦੂਰ ਕਿੱਥੇ ਹੈ? ਸਾਥੀਆਂ ਨੂੰ ਰਿਕੁਐਸਟ ਕਰ ਦੋ, ਮੈਂ ਵੀ ਬਹੁਤ ਵਾਰੀ ਕਰ ਲਈ, ਥੋੜਾ ਜਿਹਾ ਪਿੱਛੇ ਹੋ ਜਾਓ ਤਾਂ ਬਹੁਤ ਤੁਹਾਡਾ ਧੰਨਵਾਦ ਹੋਵੇ। ਸਾਥੀ ਨਾਲ ਅਸੀਂ ਤਾਂ ਹੀ ਤੁਹਾਨੂੰ ਵਾਰ ਵਾਰ ਰਿਕੁਐਸਟ ਕਰ ਤੁਹਾਡੀ ਗੱਲ ਆ ਗਈ, ਰਿਕੁਐਸਟ ਹੈ, ਤੁਸੀਂ ਥੋੜਾ ਇੱਕ ਵਾਰੀ ਜਵਾਬ ਲੈ ਲੈਣ ਤੋਂ। ਕਹਿੰਦੇ ਖੇਤ ਮਜ਼ਦੂਰ ਦੀ ਗੱਲ ਨਹੀਂ ਹੁੰਦੀ। ਦੇਖੋ, ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਜੇ ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਮਜ਼ਦੂਰ ਦੀ ਅੱਜ ਤੀਕਰ ਗੱਲ ਕੀਤੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ, ਖੇਤਰੀ ਪਾਰਟੀ ਨੇ ਕੀਤੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਮਜ਼ਦੂਰਾਂ ਦੀ, ਖੇਤ ਮਜ਼ਦੂਰਾਂ ਦੀ, ਕਿਸਾਨਾਂ ਦੀ ਬਾਂਹ, ਜੇ ਕੋਈ ਵਪਾਰੀਆਂ ਦੀ ਬਾਂਹ ਫੜ ਸਕਦੀ ਆ ਤਾਂ ਉਹ ਖੇਤਰੀ ਪਾਰਟੀ ਫੜ ਸਕਦੀ, ਹੋਰ ਕੋਈ ਪਾਰਟੀ ਨਹੀਂ ਫੜ ਸਕਦੀ। ਅੱਜ ਸਾਡੇ ਮੁਲਕ ਦੇ ਅੰਦਰ, ਪੰਜਾਬ ਦੇ ਅੰਦਰ ਗੈਂਗਸਟਰਵਾਦ, ਜੇ ਕੋਈ ਵਪਾਰੀ ਸਾਡਾ ਵੀਰ ਕੋਈ ਮਾੜੀ ਮੋਟੀ ਤਰੱਕੀ ਕਰਦਾ ਤਾਂ ਉਹਨੂੰ ਹੱਥਾਂ ਨੂੰ ਫੋਨ ਆ ਜਾਂਦੇ ਆ। ਮੈਂ ਵੀਰ ਨੂੰ ਸਵਾਲ ਕਰਦਾ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹ ਕਹਿੰਦੇ ਵੀ ਅਸੀਂ ਲਾਅ ਐਂਡ ਆਰਡਰ ਬਹੁਤ, ਇਹਨਾਂ ਤੋਂ ਅੱਜ ਤੀਕਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਨਹੀਂ ਪਤਾ ਲੱਗ ਸਕਿਆ ਵੀ ਉਹ ਕਿੱਥੇ ਹੋਈ ਆ। ਇਹ ਸ਼ਰਮ ਨਾਲ ਮਰ ਜਾਣਾ ਚਾਹੀਦਾ ਪੰਜਾਬ ਦੇ ਨੌਜਵਾਨਾਂ ਨੂੰ। ਚਲੋ ਮੈਂ ਜਵਾਬ ਕਿੱਥੇ ਸੀਗਾ ਜੀ, ਜਦੋਂ ਬੇਅਬਦੀ ਕਰਾਈ ਗਈ ਗੁਰੂ ਗ੍ਰੰਥ ਸਾਹਿਬ ਦੀ, ਉਦੋਂ ਲਾਈਨ ਰੋਡ ਕਿੱਥੇ ਸੀਗਾ? ਅਕਾਲੀ ਦਲ ਤਾਂ ਗੱਲ ਹੀ ਨਾ ਕਰੇ ਪੰਜਾਬ ਦੇ ਮੁੱਦਿਆਂ ਦੇ, ਕਿਉਂਕਿ ਇਹਨਾਂ ਪੰਜਾਬ ਨਾਲ ਧੋਖਾ ਕੀਤਾ, ਕਿਸਾਨਾਂ ਨਾਲ ਧੋਖਾ ਕੀਤਾ। ਅੱਜ ਤੁਸੀਂ ਆਮ ਜਨਤਾ ਦਾ ਸਵਾਲ ਪੁੱਛੋ ਵੀ ਮੁੱਖ ਮੰਤਰੀ ਤੋਂ ਖੁਸ਼ ਹੈ ਕਿ ਨਹੀਂ। ਮੈਂ ਬੀਜੇਪੀ ਤੋਂ ਪੁੱਛਣਾ ਚਾਹੁੰਦਾ, 15 ਲੱਖ ਕਹਿੰਦੇ ਸੀ ਅਕਾਊਂਟ 'ਚ ਪਾਵਾਂਗੇ, ਉਹ 15 ਲੱਖ ਕਿੱਥੇ ਆ? 750 ਕਰੋੜ ਜਿਹੜਾ ਨੈਸ਼ਨਲ ਹੈਲਥ ਕਮਿਸ਼ਨ ਦਾ ਸਾਡਾ। ਚਲੋ ਬੜਿੰਗ ਸਾਹਿਬ ਜਵਾਬ ਦੇ ਦੋ। ਇਹ ਨਸ਼ੇ ਦੀ ਗੱਲ ਕਰਦੇ ਆ, ਇਹਨਾਂ ਦਾ ਮੁੱਖ ਮੰਤਰੀ ਦਾਰੂ ਨਾਲ ਰੱਜ ਕੇ ਆਪਦੀ ਦਸਤਾਰ ਦੇ ਉੱਤੇ ਜੂਠਾ ਪਾਣੀ ਪਾਈ ਜਾਂਦਾ, ਇਹ ਤੂੰ ਸ਼ਰਮ ਨਾਲ ਡੁੱਬ ਦੇ ਮਰ ਜਾ ਯਾਰ ਤੁਸੀਂ। ਠੀਕ ਹੈ, ਖੇਤ ਮਜ਼ਦੂਰ ਦੀ ਗੱਲ ਨਹੀਂ ਹੁੰਦੀ ਕਹਿੰਦੇ, ਖੇਤ ਮਜ਼ਦੂਰ ਦੀ ਗੱਲ। ਮੈਂ ਬਾਈ ਨੂੰ ਇਹ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜੇ 5 ਲੱਖ ਦਾ ਕਾਰਡ ਬਣਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ ਵਾਸਤੇ ਤੇ ਅਮੀਰ ਵਾਸਤੇ ਵੀ ਬਣਾਇਆ, ਜੇ ਸਿਲੰਡਰ ਦਿੱਤੇ ਨੇ ਚੁੱਲ੍ਹੇ ਘਰ 'ਚ ਮੋਦੀ ਨੇ ਦਿੱਤੇ ਨੇ, ਹਰ ਘਰ ਦੇ ਵਿੱਚ ਕਮਰਾ ਦਿੱਤਾ ਮੋਦੀ ਨੇ ਦਿੱਤਾ, ਹਰ ਘਰ ਦੇ ਵਿੱਚ ਫਰਸ਼ ਦਿੱਤੀ ਹੈ ਮੋਦੀ ਨੇ ਦਿੱਤੀ ਹੈ। ਇਹ ਕਿਹੜੀਆਂ ਬਾਤਾਂ ਦੁਨੀਆ ਫਰਮੀਆਂ ਮੋਦੀ ਦਾ ਵਿਕਾਰ ਕਰਦੇ। ਕਾਂਗਰਸ ਦਾ ਇੱਕ ਵਾਰ ਰੁਕ ਕਰਦਾ, ਥੋੜੇ ਲੋਕਾਂ ਤੱਕ ਗੱਲ ਪਹੁੰਚ ਜਾਵੇ, ਛੋਟਾ ਇੱਕ। ਦੇਖੋ, ਤੁਸੀਂ ਫਿਰੋਜ਼ਪੁਰ ਦੇ ਲੋਕਾਂ ਨੂੰ ਬਹੁਤ ਦੂਰ ਦੂਰ ਤੋਂ ਲੋਕ ਦੇਖ ਰਹੇ ਨੇ, ਉੱਪਰ ਡਰੋਨ ਘੁੰਮ ਰਿਹਾ ਉਹਦੇ ਜ਼ਰੀਏ ਵੀ ਦੇਖ ਰਹੇ ਹਾਂ। ਹਾਂ, ਹਾਂ ਸਵਾਲ ਪੁੱਛੋ, ਕੋਈ ਦਿੱਕਤ ਨਹੀਂ ਹੈ, ਸਵਾਲ ਦੀ ਕੋਈ ਦਿੱਕਤ। ਇਹ ਉਹ ਬਾਈ ਨੇ, ਮੇਰੇ ਨੇ ਵੀਰ ਨੇ ਗੱਲ ਕੀਤੀ ਭਾਜਪਾ ਨੇ ਗੈਂਗਸਟਰ ਦੀ ਇੰਟਰਵਿਊ ਦੀ, ਪਰ ਉਹ ਗੈਂਗਸਟਰ ਪੈਦਾ ਕਿਹਨੇ ਕੀਤੇ ਆ ਇਹ ਪੁੱਛਣਾ। ਇੱਕ ਸਵਾਲ ਮੇਰਾ ਬਾਕੀ ਛੱਡੋ, ਤੁਸੀਂ ਫਿਰੋਜ਼ਪੁਰ ਦੀ ਕੰਸਟੀਚੁਐਂਸੀ ਦੇ ਇਲੈਕਸ਼ਨ ਲੜ ਰਹੇ ਨਾ, ਤਾਂ ਇਹਨਾਂ ਨੂੰ ਪੁੱਛ ਲਓ ਅਕਾਲੀ ਦਲ ਦੀ ਇੱਥੇ ਕਿੰਨੀ ਵਾਰੀ ਇੱਥੇ ਸ਼ੇਰ ਸਿੰਘ ਭਾਇਆ ਰਿਹਾ, ਫਿਰ ਇਹਨਾਂ ਦੇ ਜੋਰਾ ਸਿੰਘ ਮਾਨ ਰਿਹਾ, ਹੁਣ ਸਾਡੇ ਇੱਥੇ ਸੁਖਬੀਰ ਸਿੰਘ ਬਾਦਲ ਆ, ਇਹਨਾਂ ਦੀ ਧਰਮ ਪਤਨੀ ਉੱਥੇ ਮਿਨਿਸਟਰ ਆ, ਤੇ ਫਿਰੋਜ਼ਪੁਰ ਵਾਸਤੇ ਕੀ ਪ੍ਰੋਜੈਕਟ ਲੈ ਕੇ ਆਏ? ਤੁਸੀਂ ਅਕਾਲੀ ਦਲ ਨੂੰ ਪੁੱਛ ਰਹੇ ਹੋ, ਠੀਕ ਹੈ, ਥੋੜ੍ਹਾ ਅੱਗੇ ਆਜੋ, ਕੀ ਪੁੱਛਣਾ ਚਾਹੁੰਦੇ? ਠੀਕ, ਇੱਕ ਮਿੰਟ ਸਰ, ਪਹਿਲੀ ਗੱਲ ਤਾਂ ਮੈਂ ਯੂਥ ਹੈ, ਮੈਂ ਨਾ ਬਾਹਰੋਂ ਲੰਘ ਰਿਹਾ ਸੀ, ਮੈਂ ਕਿਹਾ ਚੱਲ ਬੀਜੇਪੀ ਵਾਲੇ ਅੰਦਰ ਹੈਗੇ ਨੇ, ਇਹਨਾਂ ਨੂੰ ਪੁੱਛਾਂ ਕਿ 15-15 ਲੱਖ ਰੁਪਇਆ ਅਕਾਊਂਟ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ, ਹਜੇ ਤੱਕ ਕਿਉਂ ਨਹੀਂ ਆਇਆ? ਦੂਜੀ ਗੱਲ ਇਹ ਕਹਿੰਦੇ ਹਜੇ ਤੱਕ 2 ਕਰੋੜ ਨੌਕਰੀਆਂ ਉਹ ਵੀ ਨਹੀਂ ਮਿਲੀਆਂ।
ਮੈਂ ਕਹਿੰਦਾ ਦੋ ਨਾ ਤਾਂ 2 ਕਰੋੜ ਨੌਕਰੀਆਂ ਮਿਲੀਆਂ ਤੇ ਨਾ ਇਹ 15-15 ਲੱਖ ਰੁਪਇਆ ਮਿਲਿਆ, ਠੀਕ ਹੈ। ਦੂਸਰੀ ਗੱਲ ਇਹ ਜੁਗਲਾ ਹੈ, ਸਿੰਪਲ ਗੱਲ ਹੈ ਕਿ ਯੂਥ ਨੂੰ ਇਹ ਸਿਰਫ ਤੇ ਸਿਰਫ ਟਰਾਈ ਕਰ ਰਹੇ, ਠੀਕ ਹੈ। ਚਲੋ ਜਵਾਬ ਲੈਣਾ ਥੋੜ੍ਹਾ ਵੇਟ ਕਰੋ, ਛੋਟਾ 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 ਛੋਟਾ। ਮੈਂ ਨਾ ਇਹ ਰਵਾਇਤੀ ਪਾਰਟੀਆਂ ਜਿਹੜੀਆਂ ਹੈਗੀਆਂ ਅਕਾਲੀ ਤੇ ਬੀਜੇਪੀ, ਇਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ, ਪਿੱਛੇ ਜਦੋਂ ਸੁਖਬੀਰ ਸਿੰਘ ਬਾਦਲ ਜਿੱਤੇ 5 ਲੱਖ ਵੋਟ ਜਿੱਤੇ, ਇਹ ਫਿਰੋਜ਼ਪੁਰ 'ਚ ਇੱਕ ਵਾਰੀ ਵੀ ਵੜੇ ਨੇ, ਠੀਕ ਹੈ। ਚਲੋ ਜਵਾਬ ਲੈਂਦੇ ਹਾਂ, ਜਵਾਬ ਜਨਤਾ, ਇੱਕ ਮਿੰਟ, ਛਾਉਣੀ 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 ਦੀ ਜਨਤਾ ਜਿਹੜੀ 50,000 ਦੀ ਵਧੀ ਸੀ ਉਹ 30,000 ਰਹਿ ਗਈ, ਕਿਉਂ ਰਹਿ ਗਈ? ਉਹ ਇੰਨਾ ਕੋਈ ਡਰਦੇ ਮਰੇ ਭੱਜ ਗਈ ਇੱਥੋਂ, ਠੀਕ ਹੈ। ਜਵਾਬ ਲੈ ਲੈਂਦੇ ਹਾਂ, ਜਵਾਬ ਲੈ ਲੈਂਦੇ, ਜਵਾਬ ਇਹ ਭਾਈ ਸਾਹਿਬ ਗੱਲ ਕਰਦੇ ਵੀ ਸੁਖਬੀਰ ਸਿੰਘ ਬਾਦਲ ਕਿੱਥੇ ਸੀ ਜਦੋਂ ਕੋਰੋਨਾ ਦਾ ਟਾਈਮ ਆ ਸੀ, ਸਾਰੇ ਲੀਡਰ ਚੱਡਾਂ 'ਚ ਪੂਛ ਲੈ ਕੇ ਭੱਜ ਗਏ ਸੀ ਸਾਰੇ ਲੀਡਰ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕੰਮ ਕਰ ਰਹੇ ਸੀ, ਕਾਂਗਰਸ ਵਾਲੇ ਕਹਿੰਦੇ ਅਸੀਂ ਕੰਮ ਨਹੀਂ, ਤਾਂ ਅਕਾਲੀ ਦਲ ਖੜਾ ਸੀ, ਅਕਾਲੀ ਦਲ ਲੰਗਰ ਦੀ ਸੇਵਾ, ਦਵਾਈਆਂ ਦੀ ਸੇਵਾ, ਐਂਬੂਲੈਂਸ ਦੀ ਸੇਵਾ, ਜਿਹੜਾ ਹੈਗਾ ਇੱਥੇ ਹਸਪੀਟਲ ਦੀ, ਠੀਕ ਹੈ। ਤੁਸੀਂ ਕੁਝ ਕਹਿ ਰਹੇ, ਉਹਨਾਂ ਦੇ ਵਿੱਚ ਕੋਈ ਨਹੀਂ ਭੱਜਿਆ, 350 ਗੱਡੀ ਰਾਸ਼ਨ ਦੀ ਲਿਆ ਕੇ ਇੱਥੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਨੇ ਵੰਡੀ ਹੈ, ਜਿਹੜੀ ਇਹ ਖੇਤ ਮਜ਼ਦੂਰ ਦੀ ਗੱਲ ਕਰਦੇ ਆ, ਮਨਰੇਗਾ ਕਾਂਗਰਸ ਪਾਰਟੀ ਨੇ ਚਲਾਈ ਹੈ, ਅੱਜ 400 ਰੁਪਇਆ ਦਿਹਾੜੀ ਦੇਣ ਦੀ ਵੀ ਕਾਂਗਰਸ ਪਾਰਟੀ ਨੇ ਗਰੰਟੀ ਦਿੱਤੀ, ਠੀਕ ਹੈ। ਕਹਿੰਦੇ ਜੀ ਕਾਰਪੋਰੇਟ ਦੇ ਉੱਤੇ ਕਰੋਨਾ ਦੇ ਉੱਤੇ ਸਿਆਸਤ ਨਾ ਕਰੀਏ, ਉਹ ਸਾਡਾ ਧਰਮ ਆ ਲੰਗਰ ਵਰਤਾਉਣਾ, ਸਾਡਾ ਸਿੱਖ ਧਰਮ ਦੇ ਵਿੱਚ ਲਿਖਿਆ ਗਿਆ ਵੀ ਔਖੇ ਟਾਈਮ ਅਸੀਂ ਲੰਗਰ ਵਰਤਾਉਣਾ, ਕਿ ਅਸੀਂ ਉਹਦੇ ਨਾਲ ਸਿਆਸਤ ਨਹੀਂ ਕਰਨੀ ਚਾਹੀਦੀ ਇਹਦੇ। ਦੂਜੀ ਗੱਲ ਇਹ ਆ, ਤੁਸੀਂ ਨੌਜਵਾਨ ਇਹ ਮੁੱਦੇ ਦੀ ਬਹਿਸ ਕਰੋ ਵੀ ਨੌਜਵਾਨਾਂ ਨੂੰ ਕਿੰਨੇ ਨੌਕਰੀਆਂ ਦਿੱਤੀਆਂ, ਰੁਜ਼ਗਾਰ ਕਿੰਨੇ ਦਿੱਤਾ, ਸਿਹਤ ਜਿਹੜੀ ਸਿੱਖਿਆ ਕੌਣ ਦੇ ਰਿਹਾ, ਇਹ ਸਿਆਸਤ ਹੋ ਰਹੀ ਆ ਬਿਲਕੁਲ, ਠੀਕ ਹੈ। ਸਿਆਸਤ ਕਰੋਨਾ ਗੱਲ 'ਚ ਕਹਿੰਦੇ ਤੁਸੀਂ ਕੋਈ ਨਹੀਂ ਲੱਭੇ ਹੋਰ ਪਾਰਟੀ, ਅਸੀਂ ਘਰ ਘਰ ਜਾ ਕੇ ਰਾਸ਼ਨ ਦਿੱਤਾ, ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੇ ਵੰਡੀ ਹੈ, ਇਹ ਸਮਾਜਕ ਵੰਡੀ ਹੈ, ਇਹ ਝਾੜੂ ਨੇ ਵੰਡੀ ਨੇ ਸਮਾਜਕ ਵੰਡੀ, ਹੋਰ ਕੁਛ ਨਹੀਂ ਵੰਡਿਆ, ਜਾਂ ਗੁੰਡਾ ਇਹ ਬਿਲਕੁਲ ਝੂਠ ਬੋਲਦੇ ਆ, ਇਹਨਾਂ ਨੇ ਥਾਲੀਆਂ ਦੇ ਚਮਚੇ ਖੜਕਾਏ ਆ, ਥਾਲੀਆਂ ਦੇ ਚਮਚੇ ਵੀ ਕਰੋਨਾ ਭਜਾਉਣੇ ਆ, ਇਹਨਾਂ ਕੱਕ ਨਹੀਂ ਵੰਡਿਆ, ਇਹਨਾਂ ਦੱਸਣਾ ਇਹ ਸਾਰੀ ਗੁੰਡਾਗਰਦੀ ਵੰਡੀ ਹੈ, ਅੱਜ ਨਸ਼ਾ ਚੁੱਕਣਾ। ਥੋੜੇ ਹੋਰ ਸਵਾਲ ਲਈਏ, ਥੋੜੇ ਹੋਰ ਸਵਾਲ ਲਈਏ, ਥੋੜੇ ਹੋਰ ਸਵਾਲ, ਪਹਿਲੀ ਗੱਲ ਤਾਂ ਦੱਸ, ਥੋੜੇ ਹੋਰ ਸਵਾਲ ਲਈਏ ਜੀ, ਇਹ ਚੁਣਾਵ ਹੈ, ਪ੍ਰਧਾਨ ਮੰਤਰੀ ਦਾ ਚੁਣਾਵ ਹੈ, ਮੇਰਾ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੂੰ ਸਵਾਲ ਹੈ ਕਿ ਦਿੱਲੀ ਦੇ ਵਿੱਚ ਭਾਈ ਭਾਈ ਆਮ ਆਦਮੀ ਪਾਰਟੀ ਸੇ, ਪੰਜਾਬ ਮੇ ਤੁਮ ਕਹਿ ਰਹੇ ਚੋਰ ਹੈ ਵੋ, ਇਸਕਾ ਜਵਾਬ ਦੇ ਦੋ, ਪੰਜਾਬ ਮੇ ਚੋਰ ਹੈ ਆਮ ਆਦਮੀ ਪਾਰਟੀ ਔਰ ਦਿੱਲੀ ਦੇ ਵਿੱਚ ਤੁਸੀਂ ਇਕੱਠੇ ਚੁਣਾਵ ਲੜਦੇ ਹੋ, ਠੀਕ ਹੈ ਠੀਕ ਹੈ। ਚਲੋ ਮੈਂ ਇੱਕ ਵਾਰੀ ਪਿੱਛੇ ਪਿੱਛੇ ਆਉਂਦਾ, ਮੈਂ ਪਿੱਛੇ ਆਉਂਦਾ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਥੋੜ੍ਹੀ ਜਗ੍ਹਾ ਛੱਡ ਦਿਓ, ਪਿੱਛੇ ਪਿੱਛੇ ਆ ਜਾਓ, ਥੋੜ੍ਹਾ ਹੋਰ ਪਿੱਛੇ ਹੋ ਜਾਓ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਆਪਾਂ ਤਾਂ ਹੀ ਗੱਲ ਕਰ ਪਾਵਾਂਗੇ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਦੋ ਚਾਰ ਸਵਾਲ ਹੋਰ ਰਹਿ ਪਾਵਾਂਗੇ, ਮੇਰੀ ਬੇਨਤੀ ਹੈ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਗੱਲ ਥੋੜ੍ਹੀ ਬੇਨਤੀ, ਮੈਂ ਇੱਕ ਥੋੜ੍ਹਾ ਜਿਹਾ ਹੋਰ ਪਿੱਛੇ ਹੋ ਜਾਓ, ਜਿਹੜੇ ਪਿੱਛੇ ਬੰਦੇ ਹੈਗੇ ਆਪਾਂ ਉਹਨਾਂ ਨਾਲ ਗੱਲ ਕਰ ਪਾਵਾਂਗੇ, ਥੋੜ੍ਹਾ ਜਿਹਾ ਜਗ੍ਹਾ ਦੇਖੋ, ਥੋੜ੍ਹਾ ਹਾਂਜੀ ਤੁਸੀਂ ਤੁਸੀਂ ਬੋਲੋ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, PGI ਦੇ ਸਾਰੇ ਹੀ ਕਹਿੰਦੇ ਆ ਮੈਂ ਲਿਆਂਦਾ ਮੈਂ ਲਿਆਂਦਾ, ਇਹ ਤਿੰਨਾਂ ਪਾਰਟੀਆਂ ਨੂੰ ਪੁੱਛੋ ਵੀ ਜਿਹੜੀ PGI ਦੀ ਜ਼ਮੀਨ ਆ ਉਹ ਕਿਹਨੇ ਦਿੱਤੀ ਸੀ, ਪੁੱਛੋ ਸਵਾਲ, ਜਵਾਬ PGI ਵਾਲਾ ਜਵਾਬ ਕਹਿੰਦੇ, ਮੈਂ ਤੁਹਾਨੂੰ ਦੱਸਾਂ ਇਹ ਮੇਰੇ ਘੋੜੇ ਘੋੜੇ ਮੈਨੂੰ ਯਾਦ ਹੈ ਬੋਲਣ ਦੋ, ਇਹ ਜਿਹੜਾ ਮੇਰਾ ਵੀਰ ਲਾਡੀ ਗਹਿਰੀ ਇਹਨੇ ਸਵਾਲ ਬੜਾ ਭਾਰਾ ਪੁੱਛ ਲਿਆ ਆਪਦੇ ਵਜੂਦ ਤੋਂ ਜ਼ਿਆਦਾ, ਉਹ ਛੋਟੀ ਗੱਲ 'ਚ ਗੱਲ ਖਤਮ ਕਰਦਾ ਵਾ, ਉਹਨੂੰ ਪੁੱਛ ਜੇ ਤੂੰ ਇੰਨਾ ਚੰਗਾ ਹੁੰਦਾ ਤੇ ਤੈਨੂੰ ਦੂਜੀ ਵਾਰੀ ਪਾਰਟੀ ਟਿਕਟ ਨਾ ਦੇ ਦਿੰਦੀ, ਤੈਨੂੰ ਟਿਕਟ ਕਿਉਂ ਨਹੀਂ ਦਿੱਤੀ, ਤੈਨੂੰ ਟਿਕਟ ਕਿਉਂ ਨਹੀਂ ਦਿੱਤੀ, ਤੈਨੂੰ ਟਿਕਟ ਕਿਉਂ ਨਹੀਂ ਦਿੱਤੀ, ਤੈਨੂੰ ਟਿਕਟ ਨਹੀਂ ਦਿੱਤੀ, ਛੋਲਾ ਤੂੰ ਕੰਮ ਕੀਤੇ ਮਾੜੇ, ਤੂੰ ਆਪ ਦਾ ਫਸਲਾ ਵੀ ਸੀ, PGI ਦਾ ਮੋਦੀ ਸਰਕਾਰ ਆ, ਫਿਰੋਜ਼ਪੁਰ ਨੂੰ ਦਿੱਤਾ ਗਿਆ,
ਪਿੱਛੇ ਤੋਂ ਮੈਂ ਸਵਾਲ ਲੈਣਾ, ਪਿੱਛੇ ਪਿੱਛੇ ਤੋਂ ਸਵਾਲ ਲੈਣਾ, ਕੋਈ ਹੋਊਗਾ ਪਿੱਛੇ ਜਿਹਨਾਂ ਤੋਂ ਸਵਾਲ ਲੈਣਾ ਹੋਵੇ, ਪਿੱਛੇ ਪਿੱਛੇ ਥੋੜ੍ਹੇ ਸਵਾਲ ਲੈਣਾ ਹੋਵੇ, ਥੋੜ੍ਹੀ ਜਗ੍ਹਾ ਬਣਾ ਲਓ ਨਾ ਯਾਰ, ਤਾਂ ਹੀ ਗੱਲਬਾਤ ਹੋ ਪਈ। ਠੀਕ ਹੈ, ਥੋੜ੍ਹਾ ਜਿਹਾ ਪਿੱਛੇ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਥੋੜ੍ਹਾ ਜਿਹਾ ਪਿੱਛੇ, ਜੀ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਜੀ ਜੀ ਬੋਲੋ ਬੋਲੋ। 2012 ਦੇ ਵਿੱਚ PGI ਸੈਂਕਸ਼ਨ ਹੋਇਆ ਸੀ, ਇਹ ਸਿਆਸਤ ਨੇ PGI ਦਾ ਬੇੜਾ ਗਰਕ ਕਰਤਾ। ਉਹਦੇ ਜੋ ਸਰਕਾਰ ਸੀ ਕਹਿੰਦੇ ITI ਬਣਨਾ ਚਾਹੀਦਾ, ਉਹ ਕਹਿੰਦੇ ਸੀ ਬਾਹਰ ਬਣਨਾ ਚਾਹੀਦਾ 5 ਕਿਲੋਮੀਟਰ ਦੂਰ ਤੇ, ਇਹ ਫੈਸਲਾ ਨਹੀਂ ਹੋ ਸਕਿਆ। ਇਹ ਤੁਹਾਨੂੰ ਲੱਗਦਾ ਸਿਆਸਤ ਕਰਕੇ 12 ਸਾਲ ਹੋ ਗਏ PGI ਚਾਲੂ ਨਹੀਂ ਹੋਇਆ? ਸਿਆਸਤ ਕਰਕੇ ਕਈ ਲੋਕਾਂ ਦੀ, ਕੌਣ ਜ਼ਿੰਮੇਵਾਰ? ਕਈ ਲੋਕਾਂ ਦੀ ਕੀਮਤੀ ਜਾਨਾਂ ਚਲੇ ਗਈਆਂ। ਇਹਨਾਂ ਕਹਿਣੇ ਬਿਜਲੀ ਮਾਫ਼ ਨਹੀਂ ਕੀਤੀ, ਇੰਨੇ ਸਾਲ ਹੋ ਗਏ, ਪਾਣੀ ਵੀ ਉਹਨੇ ਪੰਜਾਬ ਚ ਦਿੱਤਾ ਜਿੱਥੇ ਨਹੀਂ ਪਹੁੰਚਿਆ। ਮੈਂ ਝਾੜੂ ਵਾਲੇ ਵੀਰਾਂ ਨੂੰ ਪੁੱਛਣਾ ਚਾਹੁੰਦਾ, ਫਿਰੋਜ਼ਪੁਰ ਦੀ ਜਨਤਾ ਤਰਸ ਤਰਸ ਕਰਕੇ ਮਰ ਰਹੀ ਹੈ, ਲੁੱਟਾਂ ਖੋਹਾਂ ਤੋਂ ਬਚਾਲੋ ਮੇਰੇ ਵੀਰ ਫਿਰੋਜ਼ਪੁਰ ਨੂੰ। ਲੋ ਐਂਡ ਆਰਡਰ ਤੇ ਜਵਾਬ ਲੈ ਲਓ, ਆਮ ਆਦਮੀ ਪਾਰਟੀ ਤੋਂ ਲੋ ਐਂਡ ਆਰਡਰ ਜਵਾਬ ਲਈ। ਅਸੀਂ ਲੋ ਐਂਡ ਆਰਡਰ ਪੂਰਾ ਕਾਇਮ ਰੱਖਿਆ ਹੋਇਆ ਸਰਕਾਰ ਨੇ, ਮੁੱਖ ਮੰਤਰੀ ਸਾਹਿਬ ਨੇ। ਇਹਨਾਂ ਨੂੰ ਪੁੱਛੋ ਅਕਾਲੀ ਦਲ BJP ਕਾਂਗਰਸ ਪਰਚਿਆਂ ਦੀ ਸਰਕਾਰ ਗਿਣੀ ਜਾਂਦੀ ਸੀ, ਜਿਹਦੇ ਤੇ ਜੀ ਕਰਦੇ ਪਰਚਾ ਕਰਾਉਂਦੇ ਆ। ਅੱਜ ਇਹਨਾਂ ਨੂੰ ਪੁੱਛੋ ਕਿਸੇ ਅਕਾਲੀ ਦਲ, ਕਿਸੇ ਕਾਂਗਰਸ, ਕਿਸੇ BJP ਦੇ ਕਦੇ ਸਾਡੀ ਸਰਕਾਰ ਨੇ ਪਰਚਾ ਕਰਵਾਇਆ? ਇਹਨਾਂ ਨੇ ਪੈਦਾ ਕੀਤੇ ਆ, ਇਹਨਾਂ ਨੇ ਪੈਦਾ ਕੀਤੇ ਆ। ਅੱਜ ਅਸੀਂ ਜੇ ਬੰਦ ਕਰ ਰਹੇ ਹਾਂ, ਉਹ ਮੁੱਖ ਮੰਤਰੀ ਭਗਤ ਸਿੰਘ ਮਾਨ ਕਰ ਰਿਹਾ। ਤੁਹਾਡੀ ਪਾਰਟੀ ਦੇ ਨੁਮਾਇੰਦੇ ਨਹੀਂ ਅਸੀਂ ਵੀਰ ਜੀ? ਫਿਰ ਕਹਿੰਦੇ ਹਾਂ ਮੁੱਦਿਆਂ ਦੇ ਉੱਤੇ ਸਿਆਸਤ ਕਰੋ, ਅਸੀਂ ਰਿਪੋਰਟ ਕਾਰਡ ਲੈ ਕੇ ਜਾ ਰਹੇ ਹਾਂ। ਅਸੀਂ ਯੂਥ ਖੜਾ, ਅਸੀਂ ਯੂਥ ਨੂੰ ਪੰਜਾਬ ਦੇ ਵਿੱਚ ਕੀ ਦਿੱਤਾ? ਨੌਕਰੀ ਦਿੱਤੀ ਤੇ ਤਾਂ ਜੋ ਯੂਥ ਸਾਡੇ ਨਾਲ ਖੜਾ। ਠੀਕ ਹੈ, ਚਲੋ ਠੀਕ ਹੈ, ਇੱਕ ਇੱਕ ਕਰਕੇ ਰੱਖੋ ਨਾ ਲੋਕਾਂ ਦਾ ਗੱਲ। ਆਪਾਂ ਰੌਲਾ ਜ਼ਿਆਦਾ ਪਾ ਲਿਆ, ਲੋਕਾਂ ਦਾ ਗੱਲ ਘੱਟ ਪਹੁੰਚਾਈ ਹੈ। ਦੇਖੋ ਹੋਇਆ ਅਜਿਹੀ ਹੈ, ਤੁਸੀਂ ਸੋਚੋਗੇ ਲੋਕਾਂ ਤੱਕ ਗੱਲ ਪਹੁੰਚੇਗੀ ਨਹੀਂ? ਇਹਨਾਂ ਨੂੰ ਪੁੱਛ ਲੈ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਵਾਬ ਇਹਨਾਂ ਨੂੰ ਦੇ ਦੇਣਾ। ਆ ਹੁਣ ਵਿੱਚੇ ਫਲੱਡ ਆਇਆ ਬਾਰਡਰ ਤੇ, ਸਰਕਾਰ ਨੇ ਜਮਾ ਪੂਰੀ ਨਾ ਕਰਤੀ, DC ਵੀ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਹੈਗੇ। ਸਰਦਾਰ ਸੁਖਬੀਰ ਸਿੰਘ ਨੇ 5 ਤੋਂ 6 ਬੇੜੇ ਦਿੱਤੇ ਨੇ, ਜਿਨ੍ਹਾਂ ਦੇ ਦਰਿਆ ਪਾਰ ਪੇਲੀਆਂ ਮੰਨਦੇ ਨੇ ਤੇ ਸੰਦ ਉੱਥੇ ਖੜੇ ਸੀ। ਫਿਰ ਚਾਰਾ ਅਕਾਲੀ ਦਲ ਦੇ ਪ੍ਰਧਾਨ ਨੇ ਆ ਕੇ 28 ਕਰੋੜ ਰੁਪਈਆ ਫੌਜਪੁਰ ਨੂੰ ਵਾਲੇ ਪਾਸੇ ਹੈ। ਠੀਕ ਹੈ, ਕਹਿੰਦੇ ਅਸੀਂ 5 ਬੇੜੇ ਦਿੱਤੇ ਆ। ਉਹ ਯਾਰ ਸੁਖਬੀਰ ਬਾਦਲ MP ਰਿਹਾ ਹੋਵੇ, ਅਸੀਂ 5 ਬੇੜਿਆਂ ਦੇ ਬੈਠਾ ਫਿਰੋਜ਼ਪੁਰ? ਸਾਡੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਬਾਹ ਫੜੀ ਆ, ਮੰਤਰੀ ਨੇ ਬਾਹ ਫੜੀ ਹੈ, ਜਾ ਕੇ ਪੁੱਛੋ ਬਾਰਡਰ ਪੱਟੀ ਦੇ ਉੱਤੇ ਅਸੀਂ 15-15 ਹਜ਼ਾਰ 20-20 ਹਜ਼ਾਰ ਕਿੱਲੇ ਦਾ ਮਜ਼ਾ। ਠੀਕ ਹੈ, ਚਲੋ ਮੈਨੂੰ ਲੱਗ ਰਿਹਾ ਕਿ ਆਪਾਂ ਨੂੰ ਇੱਥੇ ਥੋੜ੍ਹਾ ਜਿਹਾ ਵਿਰਾਮ ਲਗਾਉਣਾ ਚਾਹੀਦਾ ਹੈ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਿਰੋਜ਼ਪੁਰ ਦੇ ਮੁੱਦਿਆਂ ਦੀ, ਲੋਕਾਂ ਦੀ ਗੱਲ ਹੋਵੇ। ਇਹ ਹਲਕਾ ਬਹੁਤ ਚਰਚਾ 'ਚ ਰਿਹਾ 2022 'ਚ, ਜਦੋਂ ਪ੍ਰਧਾਨ ਮੰਤਰੀ ਇੱਥੇ ਆਏ ਸੀ ਨਹੀਂ ਪਹੁੰਚ ਪਾਏ। ਔਰ ਇਸ ਸਭ ਦੇ ਵਿਚਾਲੇ ਵਿਜੇ, ਮੈਨੂੰ ਲੱਗਦਾ ਕਿ PGI ਦਾ ਮੁੱਦਾ ਸਭ ਤੋਂ ਵੱਧ ਇੱਥੇ ਗਰਮ ਹੈ, ਜਿਹੜਾ ਖਾਸ ਤੌਰ 'ਤੇ ਵਿਰੋਧ ਵਿੱਚ ਹੈ। ਕਈ ਸਾਰੇ ਇਸ਼ੂਜ਼ ਨੇ ਗੌਰਵ, ਪਰ ਕਈ ਵਾਰੀ ਮਾਹੌਲ ਐਸਾ ਹੋ ਜਾਂਦਾ ਕਿ ਤੁਸੀਂ ਪਾਰਟਿਸਪੇਟ ਹਰ ਕੋਈ ਕਰਨਾ ਚਾਹੁੰਦਾ, ਪਰ ਉਸ ਤਰੀਕੇ ਨਾਲ ਨਹੀਂ ਕੀਤਾ ਜਾਂਦਾ, ਕਿਉਂਕਿ ਉੱਥੇ ਇੱਕ ਡਿਸਿਪਲਿਨ ਬੜਾ ਜ਼ਰੂਰੀ ਹੋ ਜਾਂਦਾ। ਸੋ ਅਸੀਂ ਕੋਸ਼ਿਸ਼ ਕੀਤੀ ਹੈ, ਅੱਗੇ ਹੋਰ ਹਲਕਿਆਂ ਦੇ ਵਿੱਚ ਕੋਸ਼ਿਸ਼ ਕਰਾਂਗੇ। ਇਸ ਡਿਬੇਟ ਨੂੰ ਅੱਜ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਧੰਨਵਾਦ।